ਸ਼ਬਦ ਗੁਰੂ ਜੀ ਸਰਬ ਕਲਾ ਸਮਰੱਥ ਸ਼ਬਦ ਗੁਰੂ ਜੀ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਦੁਰਜਨ ਅਕਸ਼ਰ ਸੁਣਿਆ ਦੁਰਜਨ ਨਹੀਂ ਬਣੀ ਕਿਹਾ ਦੁਰਜਨ ਬੜੀ ਅੜਾਮੇ ਨਾਲ ਆਖਿਆ ਦੁਰਜਨ ਤੂੰ ਜਲ ਪਹਾੜੀ ਆਉਂਦਾ ਪੜਿਆ ਨਹੀਂ ਦੁਰਜਨ ਤੂੰ ਜਲ ਜਲ ਮਣੇ ਸਰਜਾ ਦੁਰਜਨ ਤੂੰ ਜਲ ਪਹਾੜੀ ਪਹਾੜੀ ਮਣੇ ਅੱਗ ਵਿੱਚ ਸਰਜਾ ਤੈਨੂੰ ਅੱਗ ਲੱਗ ਜਾਏ ਮੇਰਾ ਪੰਜਵਾਂ ਬਾਪੂ ਦੱਖਣੇ ਮਹੱਲਾ ਪੰਜਵਾਂ ਦੁਰਜਨ ਤੂੰ ਜਲ
ਆ ਗਿਆ ਉੱਥੇ, ਉਹ ਵੇਖ ਲਓ ਹੁਣ ਤਾਂ ਕੋਈ ਸ਼ੱਕ ਨਹੀਂ, ਵਿਛੋੜੇ ਮਰ ਜਾ। ਇਤਰਾਂ ਦੀ ਭਾਸ਼ਾ ਨਾਲ ਨਹੀਂ ਪਾਠ ਕੀਤਾ ਜਾਂਦਾ, ਪਾਠ ਕੀਤਾ ਜਾਂਦਾ ਦੁਰਜਲ ਪਾਣੀ ਵਿਛੋੜੇ ਮਰ ਜਾ। ਹਾਏ ਹਾਏ, ਬ੍ਰਹਮੰਡ ਸਮਾਏ ਪਏ, ਕਿਸੇ ਦੂਜੇ ਭਾਵ ਤੋਂ ਸੜੀ ਹੋਈ ਜੀਵ ਆਤਮਾ ਨੇ, ਦੁਰਜਨ ਦੂਜਾ ਭਾਵ ਹੈ, ਦੁਰਜਨ ਅਜੇ ਨਹੀਂ ਪਤਾ ਨਹੀਂ ਲੱਗਾ ਪੂਰਾ, ਜਿਹੜਾ ਸਿੱਖ ਦੇ ਅੰਦਰ ਗੁਰੂ ਪ੍ਰਤੀ ਦੂਸਰਾ ਭਾਵ ਹੈ ਵੀ ਇਹਦੇ ਤੋਂ ਇਲਾਵਾ ਵੀ ਕੋਈ ਹੈਗਾ, ਇਹਦਾ ਨਾਮ ਹੈ ਦੁਰਜਨ। ਦੁਰਜਨ ਪਤਾ ਲੱਗ ਗਿਆ ਜੀ, ਦੁਰਜਨ ਦੂਜਾ ਭਾਵ ਹੈ। ਵਿਛੋੜਾ ਹਉਮੈ ਰੋਗ, ਦੋ ਸ਼ਬਦ ਨੇ ਵਿਛੋੜਾ ਹਉਮੈ ਰੋਗ, ਇਹਨਾਂ ਦੋਹਾਂ ਨੂੰ, ਦੂਸਰੇ ਭਾਵ ਨੂੰ ਅਤੇ ਵਿਛੋੜੇ ਨੂੰ ਕੀ ਕਹਿ ਰਿਹਾ ਮੇਰਾ ਪੰਜਵਾਂ ਬਾਬਾ, ਦੁਰਜਨ ਤੂੰ ਜਲ ਪਹਾੜੀ, ਜਿਹੜਾ ਮੇਰੇ ਅੰਦਰ ਦੂਸਰਾ ਭਾਵ ਹੈ ਪਤਾ ਲੱਗ ਰਿਹਾ ਜੀ, ਤੂੰ ਅੱਗ 'ਚ ਸੜ ਕਿਉਂ ਨਹੀਂ ਜਾਂਦਾ, ਸ਼ੁੱਧ ਸੋਨਾ ਹੀ ਰਹਿ ਜੇ, ਆਖੋ ਹੇ ਗੁਰੂ ਸ਼ੁੱਧ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਵਹਿ ਪ੍ਰਗਟਿਓ, ਮਰਦ ਅਗੰਬਰਾ ਹੀ ਰਹਿ ਜੇ, ਦੂਸਰਾ ਕੋਈ ਨਹੀਂ, ਗੋਬਿੰਦ ਬਿਨ ਨਾਹੀਂ ਕੋ ਦੂਜਾ, ਇਹ ਹੀ ਚੀਜ਼ ਰਹਿ ਜੇ, ਸ਼ੁੱਧ ਸੋਨਾ ਰਹਿ ਜੇ, ਸਾਡੇ ਅੰਦਰ ਖੋਟ ਪੈ ਗਈ, ਆਖੋ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁੰਦਿਆਂ ਵੀ ਸਾਡੇ ਅੰਦਰ ਖੋਟ ਪੈ ਗਈ, ਦੂਸਰਾ ਵੀ ਕੋਈ ਹੈ, ਉੱਥੇ ਲਿਖ ਦਿੱਤਾ ਵਹਿ ਪ੍ਰਗਟਿਓ ਮਰਦ ਵਰਿਆਮ, ਅਕੇਲੇ ਤੇ ਖਲੋ ਹਾਂ ਜਰਾ, ਐਡੀ ਛੇਤੀ ਨਹੀਂ, ਪੜ੍ਹ ਪੜ੍ਹ ਕੇ ਭੱਜਣ ਵਾਲੀ ਕਹਾਣੀ ਨਹੀਂ ਸੀ ਇਹ, ਆਖੋ ਵਾਹਿਗੁਰੂ। ਪੜ੍ਹ ਪੜ੍ਹ ਕੇ ਭੱਜਣ ਵਾਲੇ ਹਮੇਸ਼ਾ ਫੇਲ ਹੋ ਜਾਂਦੇ, ਗੱਲ ਨੂੰ ਜਾਣਨ ਵਾਲੇ ਹਮੇਸ਼ਾ ਪਾਸ ਹੋ ਜਾਂਦੇ। ਮੇਜਰ ਸਿੰਘ ਜੀ ਤੁਹਾਡੇ ਚਰਨਾਂ 'ਚ ਬੇਨਤੀ, ਤੁਹਾਡਿਆਂ ਚਰਨਾਂ 'ਚ ਬੇਨਤੀ, ਗੁਰਸਿੱਖੋ ਬਾਣੀ ਦੇ ਇੱਕ ਇੱਕ ਅਕਸ਼ਰ ਦੇ ਦਰਸ਼ਨ ਕਰੋ। ਆਪਾਂ ਕਿੰਨੀ ਵਾਰੇ ਬਾਣੀ ਪੜ੍ਹੀ ਹੈ, ਦੁਰਜਨ ਤੂੰ ਜਲ ਪਹਾੜੀ, ਮਗਰ ਇੰਨਾ ਆਨੰਦ ਨਹੀਂ ਪੀਤਾ ਕਿ ਪੀਤਾ, ਵਿਛੋੜਾ ਵਿਛੋੜੇ ਮਰ ਜਾ, ਮਰ ਜਾ, ਜਿਤਨਾ ਆਪਾਂ ਭਾਸ਼ਾ ਬੋਲਦੇ ਫਲਾਣਿਆ ਤੂੰ ਮਰ ਜਾ, ਵੇਖੋ ਕਿੱਡੀ ਦੂਸਰੇ ਭਾਵ ਤੋਂ ਅਤੇ ਵਿਛੋੜੇ ਤੋਂ ਦੁਖੀ ਹੋਈ ਜੀਵਾਤਮਾ ਕਹਿੰਦੀ ਦੂਸਰੇ ਭਾਵ ਨੂੰ, ਕਹਿੰਦੀ ਤੂੰ ਅੱਗ ਲੱਗ ਕੇ ਸੜ ਕਿਉਂ ਨਹੀਂ ਜਾਂਦਾ ਮੇਰੇ ਅੰਦਰੋਂ, ਮੇਰੇ ਅੰਦਰੋਂ ਤੂੰ ਅੱਗ ਲੱਗ ਕੇ ਅਤੇ ਵਿਛੋੜਿਆ ਤੂੰ, ਬਸ ਮਰ ਕਿਉਂ ਨਹੀਂ ਜਾਂਦਾ, ਮਰ ਜਾ, ਮਰ ਮੇਰੇ ਕੋਲੋਂ ਲੱਥ। ਵਿਛੋੜਾ ਕੀ ਹੈ, ਵਿਛੋੜਾ ਹਉਮੈ ਰੋਗ, ਦੋ ਸ਼ਬਦ ਨੇ, ਇੱਕ ਦੂਜਾ ਭਾਵ ਇੱਕ ਵਿਛੋੜਾ, ਉੱਚੀ ਬੋਲੋ ਜੀ, ਇੱਕ ਦੂਜਾ ਭਾਵ ਅਤੇ ਵਿਛੋੜਾ, ਵਿਛੋੜਾ ਕੀ ਹੈ ਹਉਮੈ ਰੋਗ, ਹਉਮੈ ਨੂੰ ਕਹਿੰਦੀ ਤੂੰ ਮਰ ਕਿਉਂ ਨਹੀਂ ਜਾਂਦੀ ਅੰਦਰੋਂ, ਅਤੇ ਦੁਰਜਨ ਨੂੰ ਕਹਿੰਦੀ ਵੀ ਤੂੰ ਜਲ ਜਾ, ਸਿੱਖਾ ਇਸ ਤਰ੍ਹਾਂ ਕਹਿ, ਦੁਰਜਨ ਤੂੰ ਜਲ ਪਹਾੜੀ, ਵਿਛੋੜਾ ਮਰ ਜਾ, ਕੰਤਾ 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 ਮੀਨ ਪਤੀ ਪਰਮੇਸ਼ਵਰ ਜੀ, ਇਹ ਜਦੋਂ ਦੋਵੇਂ ਮੇਰੇ ਗਲੋਂ ਲੱਥ ਜਾਣਗੇ ਨਾ, ਵਿਛੋੜਾ ਅਤੇ ਦੂਸਰਾ, ਉੱਚੀ ਉੱਚੀ ਬੋਲਿਆ ਕਰੋ, ਆਨੰਦ ਆਊਗਾ, ਇਸ ਤਰ੍ਹਾਂ ਨਹੀਂ ਜੇ, ਕੋਈ ਲੈਣਾ ਦੇਣਾ ਨਹੀਂ ਤੁਹਾਡੇ ਪੈਸੇ ਨਾਲ, ਆਨੰਦ ਲਓ, ਜੁੜੋ ਆਪਣੀ ਚੇਤਨਤਾ ਨੂੰ ਇਕੱਠੀ ਕਰੋ, ਅਲੰਕਾਰ ਮਿਲ
ਥੈਲੀ ਹੋਈ ਹੈ, ਜਦੋਂ ਨਿੱਕੇ ਨਿੱਕੇ ਸੋਨੇ ਦੇ ਗਹਿਣੇ ਇਕੱਠੇ ਹੋਣ ਨਾ, ਉਹਨੂੰ ਥੈਲੀ ਕਹਿੰਦੇ, ਉਸ ਥੈਲੀ ਨੂੰ ਸੋਨਾ ਕਹਿੰਦੇ, ਪਤਾ ਲੱਗ ਗਿਆ ਜੀ। ਜਦੋਂ ਨਿੱਕੇ ਨਿੱਕੇ ਨੇ ਉਦੋਂ ਚੂੜੀ ਚੂੜੀ ਵਾਲੀ ਮੁੰਦਰੀ ਇਹਨਾਂ ਦੇ ਨਾਮ ਵੱਖਰੇ ਵੱਖਰੇ ਆ, ਇਹਨਾਂ ਨੂੰ ਸੋਨਾ ਕੋਈ ਨਹੀਂ ਕਹਿੰਦਾ। ਤੁਹਾਡੇ ਵਿਖਰੇ ਹੋਏ ਖਿਆਲਾਂ ਨੂੰ ਕਿਸੇ ਨੇ ਗੁਰਮਤ ਦੇ ਖਿਆਲ ਨਹੀਂ ਕਹਿਣਾ, ਪਤਾ ਲੱਗ ਰਿਹਾ ਜੀ। ਵਿਖਰਿਆ ਹੋਇਆ ਖਿਆਲਾਂ ਨੂੰ ਗੁਰਮਤ ਦਾ ਖਿਆਲ ਉਦਣ ਤੁਹਾਨੂੰ ਕਹਿਣਾ ਕਿਸੇ ਨੇ, ਜਿੱਦਣ ਇਹਨਾਂ ਸਾਰਿਆਂ ਨੂੰ ਤੁਸੀਂ ਇਕੱਠਿਆਂ ਕਰ ਲਿਆ, ਅੱਖ ਵਾਹਿਗੁਰੂ, ਅਤੇ ਇਕੱਠਿਆਂ ਕਰਕੇ ਸੱਚਮੁੱਚੀ ਅੰਦਰ ਆਵਾਜ਼ ਦਿੱਤੀ, ਦੁਰਜਨ ਤੂੰ ਜਲ ਪਹਾੜੀ ਵਿਛੋੜੇ, ਮਰ ਜਾ ਕੰਤਾ। ਕੰਤਾ ਮੈਨੇ ਪਤੀ ਪਰਮੇਸ਼ਰ, ਇਹ ਮੈਂ ਹੁਣ ਅੰਦਰੋਂ ਸਾੜ ਤਿਆ, ਮੈਂ ਅੱਗ ਲਾਤੀ ਇਹਨੂੰ, ਮੈਂ ਤਰਲਾ ਪਾਤਾ, ਮੇਰੇ ਅੰਦਰੋਂ ਨਿਕਲ ਜਾਓ। ਹੁਣ ਮੇਰੀ ਸ਼ੇਜ ਦੂਸਰੇ ਭਾਵ ਤੋਂ ਅਤੇ ਹਉਮੈ ਤੋਂ ਖਾਲੀ ਹੋ ਗਈ, ਅੱਖ ਵਾਹਿਗੁਰੂ। ਅਤੇ ਉਹ ਇੱਕ ਦਿਨ ਮੈਨੂੰ ਕਿਸੇ ਨੇ ਦਿੱਲੀ ਕਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਕੋਲ ਕਿਉਂ ਨਹੀਂ ਆਉਂਦੇ, ਮੈਂ ਇਹਨੇ ਸੁਣਿਆ ਵੀ ਇਹਨੂੰ ਦਰਸ਼ਨ ਹੋਏ ਨੇ, ਇਹਨੂੰ ਦਰਸ਼ਨ ਹੋਏ ਆ, ਮੈਨੂੰ ਕਿਉਂ ਨਹੀਂ ਦਿੰਦੇ। ਅਤੇ ਤੁਹਾਡੇ ਚੌਂਕੀਦਾਰ ਨੇ ਕਿਹਾ ਚਾਦਰ ਹੈਗੀ ਉਹ ਜਿਹਦੇ 'ਚ ਉਹਨੂੰ ਪਾਉਣਾ ਹੀ, ਬੋਲੋ ਚਾਦਰ ਹੈਗੀ ਉਹ ਜਿੱਥੇ ਉਹਨੂੰ ਲਿਆ ਕੇ ਪਾਉਣਾ ਹੀ, ਕੋਈ ਚਾਦਰ ਹੈਗੀ ਉਹ ਸੁਰਤ ਦੀ। ਅਤੇ ਸੱਚੀ ਮੁੱਚੀ ਜਿਸ ਚਾਦਰ 'ਤੇ ਕੋਈ ਬੈਠਾ ਹੋਵੇ ਨਾ, ਉਹਦਾ ਕੋਰਾਪਨ ਖਤਮ ਹੋ ਜਾਂਦਾ ਹੈ। ਜਿਸ ਸਿੱਖ ਦੀ ਸੁਰਤ ਦੇ ਵਿੱਚ ਕਿਸੇ ਹੋਰ ਦਾ ਨਾਮ ਆਇਆ ਹੈ, ਕਿਸੇ ਹੋਰ ਦੀ ਫੋਟੋ ਬਣੀ ਆ, ਉਹਦੀ ਸੁਰਤ ਦੀ ਚਾਦਰ ਦੇ ਉੱਤੇ ਵੱਟ ਪੈ ਗਏ ਆ, ਉੱਥੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਬਹਿਣਾ। ਗੁਰੂ ਗੋਬਿੰਦ ਸਿੰਘ ਉੱਥੇ ਬਹਿਣਗੇ ਜਿੱਥੇ ਆਹ ਆਵਾਜ਼ ਆਊਗੀ, ਵਿਛੋੜਾ ਮਰ ਜਾ ਦੁਰਜਨ ਤੂੰ ਜਲ ਤੂੰ ਅੱਗ 'ਚ ਸੜ ਤੂੰ ਅਤੇ ਵਿਛੋੜਿਆ ਤੂੰ, ਹੁਣ ਹੋ ਗਈਆਂ ਚਾਦਰ ਖਾਲੀ ਹੋ ਗਈ। ਤੈਂ ਸਾਫ਼ ਕਰਕੇ ਕਹਿੰਦੀ ਕੰਤਾ, ਬੋਲੋ ਕੰਤਾ ਮਣੇ ਪਤੀ ਪਰਮੇਸ਼ੁਰ ਜੀ, ਤੂੰ ਸੌ ਸੌ ਛੇਜੜੀ ਤੂੰ ਆਣ ਕੇ ਇਸ ਛੇਜ 'ਤੇ ਹੁਣ ਆਰਾਮ ਕਰ। ਕੰਤਾ ਤੂੰ ਸੌ ਮੈਂਡਾ ਹੱਬੋ ਦੁੱਖ ਅਲਾਹੇ, ਮੇਰੇ ਸਾਰੇ ਦੁੱਖ ਦੂਰ ਹੋਣ, ਹੁਣ ਤੂੰ ਮੇਰੀ ਸੁਰਤ ਰੂਪੀ ਛੇਜ ਦੇ ਉੱਤੇ ਆਣ ਕੇ, ਨਾ ਹੁਣ ਮੇਰੀ ਸੁਰਤ 'ਚ ਦੂਸਰਾ ਭਾਵ ਹੈ। ਬੜੇ ਸਿੱਖ ਤੁਰੇ ਫਿਰਦੇ ਨੇ, ਸੱਚੀ ਮੁੱਚੀ ਸੌ ਦੇ ਵਿੱਚੋਂ 99 ਸਿੱਖ ਭਟਕਦੇ ਹੀ ਫਿਰਦੇ ਨੇ ਵਿਚਾਰੇ। ਸੁਣ ਲਓ ਪੁੱਤ ਧੀਓ ਬੱਚੀਓ, ਤੁਸੀਂ ਵੀ 99 ਕਿਹਾ ਜੇ ਤੁਹਾਡੇ ਚੌਂਕੀਦਾਰ ਨੇ, ਜ਼ਿਆਦਾ ਹੋ ਸਕਦੇ ਘੱਟ ਨਹੀਂ। ਇਹਨਾਂ ਦੇ ਖੁੱਲ੍ਹੇ ਦਾੜਿਆਂ ਦੇ ਥੱਲੇ ਬੜਾ ਕੁਛ ਛੁਪਿਆ ਹੈ, ਆਖੋ ਵਾਹਿਗੁਰੂ। ਉਹ ਤਾਂ ਆਉਣ ਨੂੰ ਤਿਆਰ ਹੈ, ਉਹ ਤਾਂ ਆਉਣ ਨੂੰ ਕਹਿੰਦਾ ਚਾਦਰ ਤਿਆਰ ਕਰ, ਆਹੋ ਮਾਰੋ ਜਰਾ ਘੱਤ। ਵਾਹਿਗੁਰੂ 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 ਕੀ ਵੇਖ ਰਹੇ ਸੀ ਵਾਹਿਗੁਰੂ ਗੁਰੂ ਵਾਹਿਗੁਰੂ 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 ਵਾ
ਵਾਹਿਗੁਰੂ 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 ਸਤਨਾਮ ਸਿੰਘ। ਇੱਕ ਵਾਰ ਮੈਨੂੰ ਦੱਸੋ ਹਾਂ ਭੈਣ ਭਰਾਵਾਂ ਨੂੰ ਕਿਹੜੀ ਕਿਹੜੀ ਚੀਜ਼ ਕੱਢਤੀ ਅੰਦਰੋਂ? ਦੂਜਾ ਭਾਉ ਤੇ ਹਉਮੈ। ਦੁਰਜਨ ਦੂਜਾ ਭਾਉ ਹੈ, ਸਾਰੇ ਬੋਲੋ ਪ੍ਰੇਮ ਨਾਲ, ਦੁਰਜਨ ਤੇ ਵਿਛੋੜਾ ਹਉਮੈ ਰੋਗ। ਦੋਵਾਂ ਦੀ ਫਿਰ ਵਿਆਖਿਆ ਵੀ ਕਰਤੀ, ਪਹਿਲੋਂ ਕਿਹਾ ਸੀ ਉਤਨਾ ਹੀ ਦੁਰਜਨ, ਦੂਜਾ ਭਾਵ ਜਿਹੜਾ ਹੁਣ ਪੇਰੇਮ ਨਾਲ ਉਹਦੀ ਵਿਆਖਿਆ ਕੀਤੀ। ਦੁਰਜਨ ਤੂੰ ਜਲ ਪਹਾੜੀ, ਉਦੋਂ ਵਿਆਖਿਆ ਨਹੀਂ ਸੀ ਕੀਤੀ, ਪਤਾ ਨਾ ਲੱਗਦਾ ਅਤੇ ਨਾ ਹੀ ਲੱਗਦਾ ਵੀ ਦੁਰਜਨ ਕਿਹਨੂੰ ਕਿਹਾ। ਹੁਣ ਅਗਲੇ ਸ਼ਬਦ ਵਿੱਚ ਵੇਖੋ ਆ ਗਿਆ ਦੁਰਜਨ ਕੌਣ ਹੈ, ਚੰਗੀ ਤਰ੍ਹਾਂ ਸਿੱਖੋ। ਇੱਕ ਸ਼ਬਦ ਵੀ ਸਿੱਖਿਆ ਗਿਆ ਨਾ ਬਲਜੀਤ ਸਿੰਘ, ਸੱਚਮੁੱਚ ਜ਼ਿੰਦਗੀ ਦੇ ਹਨੇਰੀ ਕੋਠੜੀ 'ਚ ਇੱਕ ਦੀਵਾ ਹੀ ਬਹੁਤ ਹੁੰਦਾ ਹੈ, ਹਨੇਰੀ ਕੋਠੜੀ ਵਿੱਚ ਇੱਕ ਦੀਵਾ ਵੀ ਕੁਛ ਵਿਖਾਉਂਦਾ ਹੈ। ਜਿਸੇ ਬਹੁਤਾ ਚਾਨਣ ਹੋਵੇ ਉੱਥੇ ਨਿੱਕਾ ਜਿਹਾ ਦੀਵਾ ਜਿਹੜਾ ਜਗਦਾ ਹੈ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ। ਪਤਾ ਲੱਗਿਆ ਮੈਂ ਕੀ ਕਹਿਣਾ ਚਾਹੁੰਦਾ, ਜਿੱਥੇ ਬਹੁਤ ਗਹਿਰਾ ਹਨੇਰਾ ਹੈ ਉੱਥੇ ਨਿੱਕਾ ਜਿਹਾ ਦੀਵਾ ਜਗ ਪਏ, ਆਪ ਮੋਬਾਈਲ ਦੀ ਫੋਨ ਦੀ ਬੱਤੀ ਜਗ ਪਏ ਅਤੇ ਕਾਫੀ ਲਾਈਟ ਦਿੰਦੀ, ਤੁਹਾਨੂੰ ਮੀਂਹ ਦਊਗੀ। ਇਹ ਗੱਲ ਜੇ ਤੁਸੀਂ ਸਮਝ ਲਈ, ਦੁਰਜਨ ਤੂੰ ਜਲ ਪਾਹੜੀ, ਇਹ ਗੱਲ ਅੱਜ ਤੁਹਾਡੀ ਸਮਝ ਲੱਗ ਗਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਮੈਂ ਰੋਜ਼ ਜਿਹੜਾ ਪੜ੍ਹਦਾ ਤੁਧ ਬਿਨ ਦੂਜਾ ਨਾਹੀਂ ਕੋਏ, ਹੁਣ ਮੈਂ ਆਪਣੀ ਜ਼ਿੰਦਗੀ 'ਚ ਉਤਾਰ ਲਿਆ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਜਿਸ ਤਰ੍ਹਾਂ ਮੱਛੀ ਨੂੰ ਕੱਟ ਦਈਏ ਅਤੇ ਕੱਟੀ ਦੇ ਵਿੱਚੋਂ ਵੀ ਪਾਣੀ 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 ਦੀ ਧੁਨੀ ਉੱਠਦੀ, ਸਿੱਖਾ ਕੱਚਾ ਇਸ਼ਕ ਤਾਂ ਇੱਥੇ ਵੀ ਪਾਰ ਨਹੀਂ ਲੰਘਣਾ। ਐਵੇਂ ਭੁਲੇਖੇ 'ਚ ਨਾ ਰਹੀਂ ਵੀ ਤੂੰ ਕਬਰਾਂ 'ਤੇ ਵੀ ਮੱਥੇ ਟੇਕੇ, ਬਾਬਿਆਂ ਨੂੰ ਮੱਥੇ ਟੇਕੇ, ਵਰਤ ਕਰੇਂ, ਸ਼ਰਾਧ ਕਰੇਂ, ਪਿੱਪਲਾਂ ਨੂੰ ਧਾਗੇ ਬੰਨੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇ, ਨਾ ਹੀ ਰਾਮ ਆਣਾ। ਬੋਲੋ, ਉਹ ਤਾਂ ਪਤਾ ਲੱਗ ਰਿਹਾ ਵੀ ਰੱਬ ਕੋਈ ਨਿਆਣਾ ਨਹੀਂ, ਵੀ ਤੂੰ ਜਿੱਥੇ ਮਰਜ਼ੀ ਤੁਰਿਆ ਫਿਰ ਆਖੋ ਵਾਹਿਗੁਰੂ ਗੱਜ ਕੇ ਬੋਲੋ। ਇੱਕ ਛੋਟਾ ਜਿਹਾ ਬੱਚਾ ਥੋੜ੍ਹੇ ਜਿਹੇ ਦਿਨਾਂ ਦਾ ਹੀ, ਉਹਨੂੰ ਕੋਈ ਥਰਡ ਪਰਸਨ ਚੁੱਕ ਲੈ ਅਤੇ ਉਹਨੂੰ ਆਪਣੇ ਪਾਪ ਦੇ ਹੱਥਾਂ ਦੀ ਸਪਰਸ਼ ਦਾ ਪਤਾ ਹੁੰਦਾ, ਹਾਲੀ ਕੁਛ ਨਹੀਂ ਪਤਾ ਬਾਪ ਕੀ ਹੁੰਦਾ ਹੈ, ਇਹ ਅਕਸ਼ਰ ਵੀ ਨਹੀਂ ਪੜ੍ਹੇ ਵੀ ਬਾਪ ਕੀ ਹੁੰਦਾ ਹੈ, ਇਹ ਅਕਸ਼ਰ ਵੀ ਨਹੀਂ ਪੜ੍ਹੇ ਵੀ ਮਾਂ ਕੀ ਹੁੰਦੀ, ਨਿੱਕੇ ਜਿਹੇ ਪਚੰਗੇ ਨੇ, ਮਗਰ ਉਹਨਾਂ ਦੇ ਹੱਥਾਂ ਦੀ ਸਪਰਸ਼ ਉਹਨੂੰ ਦੱਸ ਦਿੰਦੀ ਤੇਰੇ ਪਿਓ ਨੇ ਤੈਨੂੰ ਚੁੱਕਿਆ, ਇਸ ਮੇਰੇ ਪੰਥ ਨੂੰ ਕੀ ਹੋ ਗਿਆ, ਮੇਰੇ ਦੁੱਖ ਨੂੰ ਸਮਝ ਰਹੇ ਹੋ ਨਾ, ਮੇਰੇ ਪੰਥ ਨੂੰ ਕੀ ਹੋ ਗਿਆ, ਪਤਾ ਨਹੀਂ ਕੌਣ ਕੌਣ ਇਹਨਾਂ ਨੂੰ ਚੁੱਕੀ ਫਿਰਦਾ ਹੈ, ਇਹਨਾਂ ਦਾ ਭਵਿੱਖ ਕੀ ਹੋਊ, ਕੀ ਭਵਿੱਖ ਹੋਊਗਾ ਸਿੱਖ ਦਾ। ਤੁਸੀਂ ਮਦਰਾ ਮਹਾਰਾਸ਼ਟਰ ਵਿੱਚ ਚਲ ਜਾਓ ਕੋਈ ਕਬਰ ਨਹੀਂ, ਆਖੋ ਵਾਹਿਗੁਰੂ, ਗੁਜਰਾਤ ਵਿੱਚ ਚਲ ਜਾਓ ਕੋਈ ਕਬਰ ਨਹੀਂ, ਅਮੈਰੀਕਾ ਕੈਨੇਡਾ 'ਚ ਤਾਂ ਨਾ ਹੀ ਨਹੀਂ ਨਾ ਇਹਨਾਂ ਚੀਜ਼ਾਂ ਦਾ, ਉਹ ਵੀ ਤਾਂ ਲੋਕ ਵੱਸਦੇ ਹੀ ਹੈ। ਖੈਰ ਦੋ ਚੀਜ਼ਾਂ ਆਪਣੇ ਅੰਦਰੋਂ ਕੱਢਦੇ, ਦੁਰਜਨ ਦੂਜਾ ਤੇ ਵਿਛੋੜਾ
ਉੱਤੇ ਪੜ੍ਹ ਲਾ ਫਿਰ ਤੈਨੂੰ ਸਪੱਸ਼ਟ ਹੋ ਜਾਊ। ਤੈਨੂੰ ਅੱਜ ਤੋਂ ਪਤਾ ਲੱਗ ਗਿਆ ਵੀ ਮੇਰਾ ਸਭ ਤੋਂ ਵੱਡਾ ਦੁਸ਼ਮਣ ਕੀ ਹੈ, ਦੂਜਾ ਭਾਵ। ਅਤੇ ਦੂਜਾ ਭਾਵ ਵੀ ਮੇਰੇ 'ਚ ਕੁੱਟ ਕੁੱਟ ਕੇ ਭਰਿਆ, ਸੱਚੀ ਮੁੱਚੀ ਕੁੱਟ ਕੁੱਟ ਕੇ ਭਰਿਆ। ਮੰਨ ਦਿਓ ਛੱਡ ਦੋਗੇ, ਗੁਰੂ ਅੱਗੇ ਅਰਦਾਸ ਕਰੋ ਛੁੱਟਣਾ ਤਾਂ ਨਹੀਂ। ਹੱਥ ਜੋੜੋ ਕਲਗੀਆਂ ਵਾਲਿਆ ਪਾਤਸ਼ਾਹ ਤੂੰ ਹੀ ਰਹਿ ਜਾ। ਸੌਂਦੇ ਉੱਠਦੇ ਤੁਰੇ ਫਿਰਦੇ ਨੂੰ ਇੱਕੋ ਹੀ ਚੇਤਾ ਰਹਿ ਜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਬੋਲੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਜਿਹਨਾਂ ਤੇਰੇ ਨਾਲ ਇਸ਼ਕ ਕੀਤਾ ਨਾ ਆਨੰਦ ਲਾਲ ਸਾਹਿਬ ਵਰਗਿਆਂ, ਉਹ ਕਹਿੰਦੇ ਮੈਨੂੰ ਦਿਸਦਾ ਹੀ ਹੋਰ ਕੋਈ ਨਹੀਂ, ਨਾ ਕਿਹਦਾ ਲਾ, ਤੇਰੇ ਤੋਂ ਬਿਨਾਂ ਮੈਨੂੰ ਕੋਈ ਨਾ ਕਿਹਦਾ ਲਾ। ਉਹਨੇ ਸਾੜਿਆ ਸੀ ਅੰਦਰੋਂ ਦੁਰਜਨ ਦੂਜਾ ਅਤੇ ਵਿਛੋੜਾ, ਅਤੇ ਉਹਨੇ ਆਖਿਆ ਛੇਜ ਤਿਆਰ ਕਰ ਲਈ। ਸੱਜਣ ਸੱਚਾ ਪਾਤਸ਼ਾਹ ਅੱਗੇ ਆਊਗਾ ਹੁਣ। ਸੱਜਣ ਬੋਲੋ, ਜਿੱਦਣ ਤੂੰ ਇਹ ਦੋਵੇਂ ਚੀਜ਼ਾਂ ਅੰਦਰੋਂ ਕੱਢਤੀਆਂ ਨਾ, ਆ ਗਿਆ ਸ਼ੇਸ਼ ਤੇ, ਨਹੀਂ ਪਤਾ ਲੱਗਾ ਜੀ। ਉੱਤੇ ਵੇਖੋ ਗੋੜ ਤੇ, ਦੁਰਜਨ ਤੇ ਦੁਰਜਨ ਦੂਜਾ ਭਾਵ ਕਰਤਾ, ਵਿਛੋੜਾ ਦੂਰ ਕਰਤਾ, ਹੋਮੇ ਵਿੱਚੋਂ ਦੂਰ ਕਰਤੀ ਦੋ ਚੀਜ਼ਾਂ ਅੰਦਰੋਂ, ਇਹਨਾਂ ਨਾਲ ਹੀ ਉਹਦਾ ਦੁਸ਼ਮਣੀ ਸੀ। ਗੁਰੂ ਤੇਰੇ ਘਰ ਤਾਂ ਨਹੀਂ ਸੀ ਆਉਂਦਾ, ਤੂੰ ਗੁਰੂ ਤੋਂ ਬਿਨਾਂ ਵੀ ਹੋਰ ਜਗ੍ਹਾ ਤੇ ਬੜਾ ਜਾਂਦਾ ਹੈ, ਤਾਂ ਨਹੀਂ ਆਉਂਦਾ ਤੇਰੇ ਘਰ। ਆਖੋ ਵਾਹਿਗੁਰੂ। ਪਤਾ ਲੱਗਿਆ ਬਲਜੀਤ ਸਿੰਘ ਅੰਦਰ ਵੜ ਗਈ ਗੱਲ। ਹੁਣ ਵੇਖੋ ਕਿੱਡਾ ਸੱਜਣ ਸੱਚਾ ਪਾਤਸ਼ਾਹ, ਜਿਸ ਮਿਲ ਕੀ ਚੈ ਭੋਗ। ਹੁਣ ਉਹ ਦੋ ਚੀਜ਼ਾਂ ਆ ਗਈਆਂ, ਸੱਜਣ ਆ ਗਿਆ ਛੇਜ ਦੇ ਉੱਤੇ ਅਤੇ ਕਹਿੰਦਾ ਕਰ ਭੋਗ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੁੜ ਕੇ ਗੱਲ ਨੂੰ ਸਮਝ ਲਓ, ਆਨੰਦ ਆਊਗਾ। ਵਾਹਿਗੁਰੂ 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 ਵਾਹਿਗੁਰੂ। ਜਿੰਦਰੋ ਜਿੰਦਰੋ, ਮੈਂ ਅਰਦਾਸ ਕਰਦਾ ਜਲੰਧਰ ਵਾਲਿਓ, ਤੁਹਾਨੂੰ ਦੂਸਰਾ ਭਾਵ ਸੜ ਜਾਏ ਅੰਦਰੋਂ, ਮੇਰਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਗੱਲ ਨਾ ਲਾ ਲੈ। ਵਾਹਿਗੁਰੂ 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 ਵਾਹਿਗੁਰੂ।
ਗਿਆ ਤੇ ਗੁਰੂ ਗੋਬਿੰਦ ਸਿੰਘ ਆ ਗਿਆ। ਸ਼ਬਦ ਦੇ ਨਾਲ ਦਾ ਹੀ ਹੈ ਡੱਖਣੇ ਮਹੱਲੇ ਦਾ। ਡੱਖਣੇ ਦੀ ਵਾਰ ਪੜ੍ਹਦੇ ਹੋ ਨਾ ਕਦੀ? ਪੜ੍ਹਿਆ ਕਰੋ, ਟਾਈਮ ਕੱਢ ਕੇ। ਪਾਣੀ ਤਾਂ ਸਾਰੀ ਮਿੱਠੀ ਬਲੀ, ਮਗਰ ਬੜੇ ਬੜੇ ਤੀਰ ਮਾਰੇ ਨੇ। ਵਰਤ ਕਰੇ ਚੰਦਰਾਇਣਾ, ਵਰਤ ਕਰੇ ਚੰਦਰਾਇਣਾ, ਕੀ ਅਰਥ ਬਣਿਆ ਭੈਣੋ? ਬਸ ਚੰਦਰਮਾ ਦੇ ਪੂਰਨਮਾਸ਼ੀਆਂ ਦੇ ਵਰਤ ਰੱਖਦਾ ਤੇ ਕਿਤੇ ਨਾ ਲੇਖਣ। ਮੈਂ ਤਾਂ ਨਹੀਂ ਕਹਿ ਰਿਹਾ, ਉਹ ਪੜ੍ਹ ਲਓ ਉੱਤੇ। ਹੁਣ ਜੇ ਤੇ ਸੁਹਾਗਣਾ ਜੇ ਤੇ ਫਿਰ ਤੇ ਗੱਲ ਮੰਨੋ ਗੁਰੂ ਦੀ, ਵੀ ਗੁਰੂ ਕਹਿਣ ਡਿਆ ਜਿਹੜੇ ਚੰਦਰਮਾ ਚੰਦਰਮਾ ਦੇ ਵਰਤ ਨੇ ਤੇ ਨਾਨਕ ਸਰੀਏ ਤੇ ਰਖਾ ਰਹੇ। ਉਹ ਤੇ ਪੂਰਨਮਾਸ਼ੀ ਮਨਾਉਣ ਨੂੰ ਕੰਤਾਂ ਨੂੰ ਕਹਿ ਰਹੇ ਵੀ ਪੂਰਨਮਾਸ਼ੀ ਮਨਾਓ ਤੇ ਜਾ ਕਰੋ ਜੀ, ਉਹ ਕਰੋ। ਪੂਰਨਮਾਸ਼ੀ ਦਾ ਸਿੱਖ ਦੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਉਸ ਚੰਦਰਮਾ ਦਾ ਅਪਾਸ਼ਕ ਨਹੀਂ, ਧਿਆਨ ਦਿਓ ਗੁਰੂ ਕੇ ਸਿੱਖੋ, ਮੈਂ ਉਸ ਚੰਦਰਮਾ ਦਾ ਅਪਾਸ਼ਕ ਨਹੀਂ ਜਿਹੜਾ ਇੱਕ ਦਿਨ ਪੂਰਾ ਵਿਖਾਉਂਦਾ ਅਗਲੇ ਦਿਨ ਅਧੂਰਾ ਵਿਖਾਉਂਦਾ। ਨਹੀਂ ਪਤਾ ਲੱਗਦਾ ਚੰਦਰਮਾ ਦੀ ਰਾਤ ਨੂੰ ਪੂਰਾ ਦਿਸਦਾ ਤੇ ਅਗਲੇ ਦਿਨ ਘੱਟ, ਉੱਤੋਂ ਅਗਲੇ ਦਿਨ ਹੋਰ ਘੱਟ। ਮੈਂ ਵਧਣ ਘਟਣ ਵਾਲੇ ਦਾ ਅਪਾਸ਼ਕ ਨਹੀਂ, ਮੈਂ ਅਪਾਸ਼ਕ ਹਾਂ ਉਹਦਾ ਜਿਹੜਾ ਇੱਕ ਰਸ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ ਆ, ਜਿਹੜਾ ਨਮੋ ਚੰਦਰ ਚੰਦਰੇ। ਬੋਲੋ, ਚੰਦਰਮਿਆਂ ਦਾ ਵੀ ਜਿਹੜਾ ਨਮੋ ਸੂਰਜ ਸੂਰਜੇ। ਸਿੱਖਾ ਕਿੱਦਣ ਸਮਝੇਗਾ? ਮੈਂ ਹੁਣ ਸੋਚਦਾ ਹਾਂ, ਪਤਾ ਨਹੀਂ ਸਵਾਸ ਕਿੰਨੇ ਨੇ, ਗੁਰੂ ਰਾਮਦਾਸ ਪਾਤਸ਼ਾਹ ਦਇਆ ਕਰੇ, ਸਿੱਖ ਦੀ ਸੋਚ ਬਦਲੇ। ਮੇਰਾ ਇਹ ਤਰਲਾ ਹੈ, ਕਿੱਦਣ ਸਮਝੇਗਾ ਇਹ ਗੱਲ ਵੀ ਮੇਰਾ ਸੂਰਜ ਨਾਲ ਕੋਈ ਲੈਣਾ ਦੇਣਾ ਨਹੀਂ, ਮੇਰਾ ਕੋਈ ਹੋਰ ਸੂਰਜ ਆ। ਆਖੋ ਵਾਹਿਗੁਰੂ, ਜਿਹੜਾ ਸੂਰਜਾਂ ਦਾ ਵੀ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਜਾਂਦੀ, ਸੂਰਜ ਦੀ ਰੋਸ਼ਨੀ ਤੁਹਾਡੇ ਸਰੀਰ ਤੱਕ ਪੈਂਦੀ, ਅੰਦਰ ਨਹੀਂ ਜਾਂਦੀ। ਗੁਰੂ ਦੀ ਰੋਸ਼ਨੀ ਤੁਹਾਡੇ ਬਾਹਰ ਵੀ ਆਉਂਦੀ, ਤੁਹਾਡੇ ਅੰਦਰ ਵੀ ਆਉਂਦੀ। ਇਹ ਕਿੱਦਣ ਅਸੀਂ ਫੜਾਂਗੇ ਵੀ ਅਸੀਂ ਇਹਨਾਂ ਚੰਦਰਮਾ ਸੂਰਜਾਂ ਦੇ ਚੱਕਰਾਂ ਦੇ ਵਿੱਚੋਂ ਨਿਕਲ ਕੇ, ਉਸ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਇੱਤੇ ਚੰਨ ਹੁੰਦਿਆਂ ਗੁਰਬਿੰਦ, ਉਹ ਗੁਰੂ ਨਾਲ ਆਪਾਂ ਕਿੱਦਣ ਜੁੜਾਂਗੇ? ਦੂਸਰਾ ਸ਼ਬਦ ਆ ਡੱਖਣੇ ਦਾ, ਮੂੰਹ ਥਿਆਊ ਤਖਤ। ਥੋੜ੍ਹੇ ਸ਼ਬਦ ਉੱਪਰੇ ਨੇ ਦੱਖਣ ਦੀ ਬੋਲੀ, ਮੂੰਹ ਥਿਆਊ ਤਖਤ। ਮੈਂ ਤਖਤ ਬਣ ਜਾ, ਮੇਰਾ ਸਾਰਾ ਹੀ ਮੇਰਾ ਜੋ ਕੁਝ ਆਪਾਂ ਹੈ ਇੱਕ ਤਖਤ ਬਣ ਜਾ, ਤੇ ਜਿਹੜਾ ਮੇਰਾ ਪਤੀ ਹੈ ਪਰਮੇਸ਼ੁਰ ਹੈ। ਮੂੰਹ ਥਿਆਊ ਤਖਤ ਤੇ ਪਿਰੀ ਮਹੰਜੇ ਪਾਤਸ਼ਾਹ। ਨਹੀਂ ਹਜੇ ਥੋੜ੍ਹੇ ਔਖੇ ਨੇ ਨਾ ਸ਼ਬਦ, ਬੋਲੀ ਹੋ ਰਿਹਾ ਨਾ। ਅੱਖ ਵਾਹਿਗੁਰੂ, ਪੁੱਤ ਕੱਢ ਉਹਦੇ ਉੱਤੇ, ਮੂੰਹ ਥਿਆਊ ਤਖਤ। ਬੋਲੋ, ਮੈਂ ਕੀ ਬਣ ਜਾ? ਮੇਰੀ ਸੁਰਤ ਤਖਤ ਹੋਵੇ ਤੇ ਮੇਰਾ ਪਤੀ ਪਰਮੇਸ਼ਰ ਪਾਤਸ਼ਾਹ ਹੋਵੇ, ਤੇ ਮੇਰੀ ਸੁਰਤ ਦੀ ਤਖਤ ਦੇ ਉੱਤੇ ਮੇਰਾ ਸ਼ਬਦ ਗੁਰੂ ਪਾਤਸ਼ਾਹ ਬਣ ਕੇ ਬਹਿ ਜੇ, ਰਾਜ ਕਰੇ ਇਹਦੇ ਉੱਤੇ।
ਮੇਰੀ ਸੁਰਤ ਦੇ ਉੱਤੇ ਰਾਜ ਕਰੇ। ਮੂੰਹ ਥਿਆਊ ਤਖਤ ਪ੍ਰੀ ਮਹਿੰਦੇ ਪਾਤਸ਼ਾਹ, ਮੇਰਾ ਪਤੀ ਪਰਮੇਸ਼ੁਰ ਕੀ ਬਣ ਜੇ ਪਾਤਸ਼ਾਹ। ਇਸ ਤਰ੍ਹਾਂ ਦੀ ਤੁਸੀਂ ਕੀ ਇੱਛਾ ਨਹੀਂ ਰੱਖਦੇ? ਇੱਛਾ ਨਹੀਂ ਰੱਖਦੇ ਤੁਸੀਂ? ਬੋਲੋ ਭੈਣੋ ਬੱਚੀਓ ਵੀ ਮੇਰੀ ਸੁਰਤ ਕੀ ਹੋਵੇ? ਤਖਤ ਹੋਵੇ, ਤਖਤ, ਅਤੇ ਮੇਰਾ ਪਤੀ ਪਰਮੇਸ਼ੁਰ ਪਾਤਸ਼ਾਹ ਬਣ ਕੇ ਮੇਰੀ ਸੁਰਤ ਦੀ ਸ਼ੇਜ 'ਤੇ ਆਣ ਕੇ 24 ਘੰਟੇ ਵਾਹਿਗੁਰੂ 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 ਜੁੜੋ 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 ਗੁਰੂ ਕਿਰਪਾ ਕਰੇ। ਵਾਹਿਗੁਰੂ 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 ਗੁਰੂ 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 ਕੀਤਾ ਸੀ ਵੀ ਅੰਮ੍ਰਿਤ ਦੇ ਬਾਰੇ ਕੱਲ੍ਹ ਵਿਚਾਰ ਕਰਾਂਗੇ। ਅੱਜ 8ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ, 9ਵੇਂ ਪਾਤਸ਼ਾਹ ਦਾ ਗੁਰਗੱਦੀ ਦਿਵਸ ਦਾ ਵੀ ਅੱਜ ਪੁਰਬ ਹੈ। ਸਤਿਗੁਰੂ ਦਇਆ ਕਰੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖਿਆ ਸਾਡੇ ਅੰਦਰ ਆਵੇ। ਜਿੰਨੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਦੇ ਵਿੱਚ ਵਿਖਿਆਨ ਹੈ, ਮਾਇਆ ਕੋ ਸੰਗ ਤਿਆਗ। ਬੋਲੋ ਹਾਂ, ਮਾਇਆ ਕੋ ਸੰਗ ਤਿਆਗ। ਸੁਣਨਾ ਹੀ ਨਹੀਂ, ਮੰਨਣਾ ਵੀ ਹੈ। ਪਾਗਲ ਨਾ ਹੋ ਜਾਓ ਪੈਸੇ ਪਿੱਛੇ। ਗੁਰੂ ਜੋ ਕਹਿੰਦਾ ਹੈ, ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆ ਤੁਹਾਡਾ ਇੱਥੇ ਆਇਆ ਬੈਠਾ ਸੁਣਿਆ, ਉਹਦਾ ਥਾਂ ਪੈਣਾ ਹੈ ਜਿਹਨੇ ਗੁਰੂ ਦੀ ਗੱਲ ਨੂੰ ਇਸ ਨੂੰ ਮੰਨਿਆ। ਮਾਇਆ ਕੋ ਸੰਗ ਤਿਆਗ। ਇਸ ਤਰ੍ਹਾਂ ਬਹਿ ਕੇ ਬੋਲੋ, ਕੀ ਕਰਾਂ ਜੀ? ਪ੍ਰਭ ਜੀ ਕੀ ਸ਼ਰਨ ਲਾਗ, ਪ੍ਰਭ ਜੀ ਕੀ ਸ਼ਰਨ ਲਾਗ, ਉਹਦੀ ਸ਼ਰਨ ਵਿੱਚ ਆ ਜਾ। ਅਤੇ ਮੈਨੂੰ ਕਈ ਵਾਰ ਹੈਰਾਨਗੀ ਆਉਂਦੀ ਵੀ ਜਦੋਂ ਇਹ ਸ਼ਬਦ ਆਹ 9ਵੇਂ ਪਾਤਸ਼ਾਹ ਦੇ ਨਾਂ 'ਤੇ ਹੀ ਹੈ, ਗੁਰਦੁਆਰਾ ਜਿੱਥੇ ਕੱਲ੍ਹ ਕਰਨੀ ਉਹ ਵੀ 9ਵੇਂ ਪਾਤਸ਼ਾਹ ਦੇ ਹੀ ਦੁੱਖ ਨਿਵਾਰਨ ਸਾਹਿਬ ਨਾਂ 'ਤੇ, ਇਹ ਸ਼ਬਦ ਨੂੰ ਬੜਾ ਅਸੀਂ ਕਰੋੜਦਿਆਂ ਤੇਗ ਬਹਾਦਰ ਸਿਮਰੀ ਹੈ ਕਰ ਨੌਨੇ ਦਾਵੇ। ਹੁਣ ਨੌਨਤ ਦੇ ਅਰਥ ਅਸੀਂ ਕਰਦੇ ਪੈਸਾ। ਆਖੋ ਵਾਹਿਗੁਰੂ ਵਾਹਿਗੁਰੂ ਵੀ ਵੇਖੋ ਜੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ 'ਤੇ ਬਹੁਤਾ ਜਾਂਦਾ ਉਹਦੇ ਘਰ ਮਾਇਆ 'ਤੇ ਧੱਕੇ ਦੇ ਧਾਏ ਧਾਏ ਧਾ ਕੇ ਆ ਜਾਂਦੀ ਮਾਇਆ। ਹੁਣ ਜਿਹੜਾ ਗੁਰੂ ਕਹਿੰਦਾ ਮਾਇਆ ਕੋ ਸੰਗ ਤਿਆਗ, ਉਹਦਾ ਸਿਮਰਨ ਕੀਤਿਆਂ ਮਾਇਆ ਭੱਜੀ ਆਊਗੀ?
ਕੋਈ ਪਕੜ ਰਹੇ ਹੋ ਜੀ ਗੁਰੂ ਕੇ ਸਿੱਖ, ਮੇਰੇ ਹੱਥ ਜੁੜ ਕੇ ਬੇਨਤੀ, ਗੱਲ ਨੂੰ ਵਿੱਚੋਂ ਅਰਥ ਭਾਵ ਨੂੰ ਸਮਝ ਰਹੇ ਹੋ? ਵੀ ਜਿਹੜਾ ਗੁਰੂ ਇਹ ਗੱਲ ਕਹਿੰਦਾ ਵੀ ਮਾਇਆ ਕੋ ਸੰਗ ਤਿਆਗ ਤੇ ਪ੍ਰਭੂ ਜੀ ਕੀ ਸ਼ਰਨ ਆ, ਹੁਣ ਇਹ ਕਿਤੇ ਦਸਵੇਂ ਪਾਤਸ਼ਾਹ ਲੈ ਗਏ ਹੋਣਗੇ ਵੀ ਬੱਲੇ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਜਪਿਆ ਕਰੋ ਤੁਹਾਡੇ ਘਰ ਬਹੁਤੀ ਮਾਇਆ ਹੋ। ਜਿੰਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਸਾਰੀ ਵਿਰਾਗਮਈ ਹੈ ਤੇ ਸਾਰੀ ਕਹਿੰਦੀ ਵੀ ਇਸ ਚੀਜ਼ ਨੂੰ ਛੱਡ ਦੇ, ਇਹ ਝੂਠ ਹੈ, ਪਸਾਰਾ ਹੈ, ਇਹਨੂੰ ਛੱਡ ਦੇ। ਹੁਣ ਅਰਥ ਕਰਨ ਵਾਲਾ ਕਰਦਾ ਹੈ ਵੀ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਮਰਨ ਕਰਦਾ ਉਹਦੇ ਘਰ ਘਰ ਨੌ ਨਿਧ ਆਵੇ ਤਾਂ। ਸੁਖਮਨੀ ਸਾਹਿਬ ਦੇ ਵਿੱਚੋਂ ਪੁੱਛੋ ਮੇਰੇ ਸਾਹਿਬ ਨੂੰ ਵੀ ਨੌ ਨਿਧ ਦਾ ਤੁਸੀਂ ਕੀ ਅਰਥ ਕੀਤਾ, ਕਹਿੰਦੇ ਪੁੱਤ ਮੈਂ ਤੇ ਕਹਿੰਦਾ ਵਾਂ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਹੁਣ ਨੌ ਨਿਧ ਦਾ ਨਾਮ ਮੇਰੇ ਸਤਿਗੁਰੂ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਕੋਈ ਪਤਾ ਲੱਗਾ ਕਿਨੂੰ ਕਿਨੂੰ ਲੱਗਾ ਹਥਕੜਾ ਕਰੋ ਬਲ, ਐਵੇਂ ਨਾ ਕਰਦੇ ਹੋ। ਜਦੋਂ ਅਸੀਂ ਇੱਥੇ ਹਾਜ਼ਰੀ ਨਹੀਂ ਤੇ ਹੱਥਕੜਾ ਕਰਦਾਂਗੇ ਤੇ ਸਾਨੂੰ ਕਿਹੜਾ ਕੋਈ ਪੁੱਛਣ ਲੱਗਾ? ਇਹ ਜਾਣਦਾ ਹੈ ਜਿਹੜੇ ਸਾਹਮਣੇ ਪ੍ਰਕਾਸ਼ ਮਾਰ ਪਿਤਾ ਜੀ, ਇਹ ਜਾਣਦੇ ਵੀ ਇਹਨੂੰ ਪਤਾ ਹੈ ਨੀ ਮਗਰਾ ਹੱਥ, ਇਹਦੇ ਤੋਂ ਵੱਡੀ ਮੂਰਛਤਾ ਕੀ ਹੈ? ਮੂਰਛਤ ਹੋਣਾ, ਮਰਜਣਾ ਵੀ ਮੈਨੂੰ ਗੱਲ ਦਾ ਪਤਾ ਹੀ ਨਹੀਂ ਤੇ ਮੈਂ ਵੀ ਹੱਥਕੜਾ ਕਰਦਾ। ਫਿਰ ਇੱਕ ਵਾਰ ਸਮਝਾਉਣਾ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਦੁਨੀਆਂ ਦੇ ਲੋਕੋ ਜਿਹੜਾ ਨੌ ਨਿਧ ਹੈ ਨਾ ਉਹ ਅੰਮ੍ਰਿਤ ਪ੍ਰਭ ਕਾ ਨਾਮ ਹੈ। ਜਿਹੜਾ ਗੁਰੂ ਤੇਗ ਸਾਰੇ ਤੇਗ ਬਹਾਦਰ ਸਾਹਿਬ ਪਿਤਾ ਜੀ ਦੀ ਬਾਣੀ ਪੜ੍ਹੋ, ਸਿਮਰਨਕਾਰ ਰਾਮ ਸਿਮਰ ਰਾਮ ਸਿਮਰ ਰਾਮ ਸਿਮਰਨ ਦੀ ਗੱਲ ਕਰਦੇ, ਮਨ ਕਹਾਂ ਵਸਾਰੇ ਉਹ ਰਾਮ ਨਾਮ, ਵਾਰ ਵਾਰ ਰਾਮ ਦੇ ਨਾਮ ਦੀ ਗੱਲ। ਜਿਹੜਾ ਰੱਬ ਦਾ ਗੁਰੂ ਤੇਗ ਬਹਾਦਰ ਦਾ ਧਿਆਨ ਧਰੂਗਾ ਭਾਈ, ਉਹਦੀ ਜ਼ਿੰਦਗੀ 'ਚ ਨਾਮ ਭੱਜ ਭੱਜ ਕੇ ਆਜੂ। ਅਸੀਂ ਅਰਥ ਕੀ ਕਰਦਾ, ਅਸੀਂ ਅਰਥ ਕੀ ਕਰਦਾ? ਆਖੋ ਵਾਹਿਗੁਰੂ ਵਾਹਿਗੁਰੂ। ਇੰਨੀ ਕਹਾਣੀਆਂ ਅਤੇ ਬਾਬਾ ਗੁਰੂ ਹਰਕਿਸ਼ਨ ਸਾਹਿਬ ਦੀ ਕਹਾਣੀ ਹੈ ਉੱਥੇ ਕਥਾ ਕੀਤੀ ਅਤੇ ਮੈਨੂੰ ਹੈੱਡ ਗ੍ਰੰਥੀ ਸਾਹਿਬ ਨੇ ਪਹਿਲੋਂ ਸੱਦ ਲਿਆ, ਪ੍ਰਧਾਨ ਸਾਹਿਬ ਸੁਣਿਆ ਤਾਬਿਆਂ 'ਤੇ ਬੈਠੇ, ਹੈੱਡ ਗ੍ਰੰਥੀ ਸਾਹਿਬ ਦਾ ਆਰਡਰ ਹੋਇਆ ਵੀ ਕਥਾ ਕਰਨ ਵਾਲੇ ਨੂੰ ਬੁਲਾ ਕੇ ਲਿਆਓ। ਮੈਂ ਕਿਹਾ ਵੀ ਕਥਾ ਕਰਕੇ ਮਿਲ ਲੈਂਦੇ ਹਾਂ ਜੀ। ਆਖੋ ਵਾਹਿਗੁਰੂ। ਕਹਿੰਦੇ ਜੀ ਨਹੀਂ ਪਹਿਲੋਂ ਆ ਗਿਆ ਮੈਂ। ਮੈਨੂੰ ਕਹਿੰਦੇ ਤੁਸੀਂ ਕੱਲ੍ਹ ਇੱਥੇ ਬੋਲਿਆ ਹੈ ਵੀ ਇੱਥੇ ਮੂੰਹ 'ਤੇ ਮਾਸਕ ਪਾਉਣ ਦੀ ਕੀ ਜ਼ਰੂਰਤ ਹੈ? ਪਤਾ ਲੱਗਾ ਮੈਂ ਕੀ ਕਿਹਾ? ਕਥਾ ਵਿੱਚ ਦਾਸ ਨੇ ਬੋਲਿਆ ਵੀ ਇੱਕ ਪਾਸੇ 'ਤੇ ਦਸਵਾਂ ਪਾਤਸ਼ਾਹ ਕਹਿਣ ਡਿਆ ਵੀ ਇਹ ਉਹਦਾ ਦਰਬਾਰ ਆ ਜਿਸ ਡਿੱਠੇ ਸਭ ਦੁੱਖ। ਇਸ ਦਰਬਾਰ ਦੇ ਵਿੱਚ ਵੀ ਆਣ ਕੇ ਕਿਸੇ ਨੂੰ ਮਾਸਕ ਪਾਉਣ ਦੀ ਜ਼ਰੂਰਤ ਹੈ? ਆ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਨੇ ਨਹੀਂ ਪਾਇਆ, ਸਗੋਂ ਜਿਹਨੇ ਪਾਇਆ ਹੁੰਦਾ ਸੀ ਗਿਆਨੀ ਮੂਨਸਮ ਵਰਗੇ ਫੜ ਕੇ ਮੂੰਹ ਦੇ ਉੱਤੋਂ। ਕਮਿਸ਼ਨਰ, ਇੱਕ ਪੁਲਿਸ ਦਾ ਕਮਿਸ਼ਨਰ, ਇੱਕ ਡਿਪਟੀ ਕਮਿਸ਼ਨਰ ਮੇਰੇ ਸਾਹਮਣੇ, ਮੈਂ ਅੱਗੇ ਬੈਠਾ ਉਹ ਪਿੱਛੇ ਬੈਠੇ। ਆਖੋ ਵਾਹਿਗੁਰੂ। ਅਤੇ ਭਾਈ ਮੋਹਨ ਸਿੰਘ ਸਾਹਿਬ ਨੇ, ਹੈੱਡ ਗ੍ਰੰਥੀ ਸਾਹਿਬ ਨੇ ਦੋਵਾਂ ਦੇ ਮੂੰਹ ਤੋਂ ਇਸ ਤਰ੍ਹਾਂ ਫੜ ਕੇ ਖਿੱਚਤਾ ਚੱਲਦੇ ਕੀਰਤਨ ਵਿੱਚ। ਕਹਿੰਦੇ ਇੱਥੇ ਗੁਰੂ ਰਾਮਦਾਸ ਦੇ ਕੋਲ ਦੁੱਖ, ਇਹ ਆਪਣੇ ਵਿਸ਼ਵਾਸ ਦੀ ਕਹਾਣੀ। ਤੁਹਾਨੂੰ ਵਿਸ਼ਵਾਸ ਕਿੰਨਾ ਹੈ ਗੁਰੂ ਦੇ ਉੱਤੇ? ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਸਾਧ ਸੰਗਤ ਮਿਲ ਮੂਆ ਜੀਜੇ। ਸਤ ਸੰਗਤ ਦੀ ਤੇ ਇੰਨੀ ਪਾਵਰ ਹੈ, ਕੋਈ ਮਰੇ ਬੰਦੇ ਨੂੰ ਵੀ ਉੱਥੇ ਲੈ ਆਓ। ਆ ਕੱਲ ਦਾ ਤੁਹਾਡਾ ਚੌਂਕੀਦਾਰ ਤੁਹਾਡੇ ਜੋੜੇ ਝੜ ਕੇ ਚਲੇ ਗਿਆ, ਉਸੇ ਦਿਨ ਤੋਂ ਐ ਸਿਰ ਤੋਂ ਗਮ ਹੀ ਲੱਥ ਗਿਆ ਸਾਰਾ। ਇੰਨਾ ਬਲ ਮਿਲਿਆ ਸਤ ਸੰਗਤ ਦਾ। ਤੇ ਭਾਈ ਸਾਹਿਬ ਜੀ, ਤੁਸੀਂ ਇਹ ਬੋਲਿਆ ਕੱਲ ਇੱਥੇ, ਆਖੋ ਵਾਹਿਗੁਰੂ ਵੀ ਮਾਸਕ ਨਾ ਪਾਓ। ਮੈਂ ਕਿਹਾ ਅੱਜ ਵੀ ਕਹੂੰਗਾ,
ਅੱਜ ਵੀ ਕਹੂੰਗਾ ਕਥਾ ਜੀ, ਇਹ ਕੱਲ੍ਹ ਤੋਂ ਟਾਈਮ ਨਹੀਂ ਦੇਣਗੇ, ਆਹ ਵੀ ਸ਼ਬਦ ਉਹਨਾਂ ਬੋਲੇ, ਇਹ ਕੱਲ੍ਹ ਤੋਂ ਤੁਹਾਨੂੰ ਟਾਈਮ ਨਹੀਂ ਦੇਣਗੇ। ਦਾਸ ਨੇ ਤਾਂ ਉੱਥੇ ਕੀ ਹੰਕਾਰ ਕਰਨਾ, ਮੈਂ ਇਤਨਾ ਕੀਤਾ। ਮੈਂ ਕਿਹਾ ਨਹੀਂ, ਉਹ ਤੁਹਾਡੇ ਦਿਲ 'ਚ ਆ, ਤੁਸੀਂ ਟਾਈਮ ਦਿੰਦੇ ਹੋ। ਜੇ ਤਾਂ ਕਿਸੇ ਕੋਲੋਂ ਮੰਗਿਆ ਹੈ ਤਾਂ ਦੱਸੋ, ਉਹਦੀ ਮਰਜ਼ੀ ਹੋਈ ਉਹਨੇ ਬੁਲਾ ਲਿਆ, ਜਿੱਦਣ ਉਹਦੀ ਨਾ ਮਰਜ਼ੀ ਹੋਈ ਨਾ ਬੁਲਾਊਗਾ, ਕੋਈ ਨਹੀਂ। ਆ ਤੁਹਾਡੇ ਦਰਬਾਰ ਵੇਖੋ ਖੁੱਲ੍ਹੇ, ਤੁਸੀਂ ਵਾਜਾਂ ਮਾਰਨ ਲਏ ਹੋ, ਖਾਲਸਾ ਜੀ ਆਣ ਕੇ ਕਥਾ ਕਰੋ, ਕਥਾ ਹੀ ਕਰਨੀ ਨਾ। ਭਰੋਸਾ ਬਣਾਉ ਸ੍ਰੀ ਹਰਕ੍ਰਿਸ਼ਨ ਜਿਸ ਡਿੱਠੇ, ਇਹਦੇ ਦੀਦਾਰ ਕੀਤਿਆਂ ਇੰਨੇ ਦੋ ਪਾਵਰਫੁੱਲ ਸਤਿਗੁਰਾਂ ਦੇ ਅੱਜ ਪੁਰਬ ਨੇ, ਇੱਕ ਦਾ ਗੁਰਗੱਦੀ 'ਤੇ ਪੈਣਾ, ਇੱਕ ਦਾ ਸਰੀਰ ਛੱਡ ਜਾਣਾ। ਪੰਜ ਭੂਤਕ ਸਰੀਰ, ਗੁਰੂ ਇੱਥੇ ਹੀ ਆ, ਗੁਰੂ ਕਿਤੇ ਨਹੀਂ ਗਿਆ। ਸਤਿਗੁਰ ਕਿਰਪਾ ਕਰੇ, ਗੁਰਗੱਦੀ ਦੀਆਂ ਵਧਾਈਆਂ। ਅੱਜ ਦਾ ਬਚਨ ਹੈ ਮ੍ਰਿਤਕ ਕੋ ਜਵਾਲਣ ਹਾਰ, ਸ਼ਬਦ ਜਿਹੜਾ ਅੰਮ੍ਰਿਤ ਦਿੱਤਾ ਹੈ ਨਾ ਮੇਰੇ ਗੁਰੂ ਨੇ ਸਾਨੂੰ, ਅੱਖ ਵਾਹਿਗੁਰੂ ਮਰਿਆਂ ਨੂੰ, ਮ੍ਰਿਤਕ ਕੋ ਜਵਾਲਣ ਹਾਰ ਭੂਖੇ ਕੋ ਦੇਵਤ ਆਉਂਦੀ ਹੈ ਨਾ ਸੁਖਮਨੀ ਸਾਹਿਬ, ਐਂ ਕੱਲ ਕੱਲ ਕਰਦੀ ਪੜੋ ਬਾਣੀ ਉਚਰੇ ਸਾਧ ਜਨ ਅਮਿਓ ਚੱਲੇ। ਇਸ ਤਰ੍ਹਾਂ ਮੇਰੀਆਂ ਧੀਆਂ ਮੇਰੀਆਂ ਭੈਣਾਂ ਬਾਣੀ ਪੜ੍ਹਨ, ਜੇ ਕੋਈ ਮੂੰਹ ਦੇ ਵਿੱਚੋਂ ਅੰਮ੍ਰਿਤ ਦੇ ਝਰਨੇ ਫੁੱਟਣ ਲੈਣ, ਵੱਧੋ ਰੁੱਤੇ ਨਾ ਪੜੋ। ਛੱਡ ਦਿਓ ਜੀ ਹੁਣ ਤੁਸੀਂ ਮਾਲਾ, ਸ਼ਬਦ ਨੂੰ ਸੁਣੋ, ਇਹਦੇ ਵਰਗੀ ਕੋਈ ਮਾਲਾ ਨਹੀਂ। ਜੇ ਸੁਰਤ ਨੇ ਸ਼ਬਦ ਨੂੰ ਸੁਣ ਲਿਆ ਨਾ, ਕੰਮ ਹੋ ਗਿਆ। ਆਖੋ ਵਾਹਿਗੁਰੂ। ਇਹ ਜਿਹੜਾ ਮੇਰੇ ਸਤਿਗੁਰੂ ਨੇ ਸਾਨੂੰ ਅੰਮ੍ਰਿਤ ਦਿੱਤਾ ਹੈ, ਇਹ ਮ੍ਰਿਤਕ ਕੋ ਭਰੋਸਾ ਕਰੋ। ਇਹ ਜਿਹੜੇ ਪੰਜ ਮੂੰਹ 'ਚ ਚੋਲੇ ਪਾਏ ਨੇ, ਪੰਜ ਅੱਖਾਂ 'ਚ ਪਾਏ, ਪੰਜ ਸਿਰ ਵਿੱਚ ਪਾ ਕੇ, ਅਤੇ ਕੀ ਆਖਿਆ, ਮੋਈ ਹੋਈ ਕੌਮ ਨੂੰ ਜਿਉਂਦਾ ਕੀਤਾ। ਮ੍ਰਿਤਕ ਕੋ ਜਵਾਲਣ ਹਾਰ ਭੁੱਖੇ ਕੋ ਦੇਵਤ, ਜੰਮਾਂ ਤੋਂ ਭੁੱਖੀ ਨੂੰ ਆਸਰਾ ਦਿੱਤਾ, ਕਾਹਦਾ ਨਾਮ ਦਾ, ਅੱਖ ਵਾਹਿਗੁਰੂ ਸਾਜ ਨਾਮ ਆਧਾਰ ਆਸਰਾ ਦਿੱਤਾ। ਭੁੱਖੇ ਕੋ ਦੇਵਤ ਸਰਬਨਿਧਾਨ, ਇਹ ਗੁਰੂ ਦੀ ਕਮਾਈ ਹੈ, ਇਹ ਗੁਰੂ ਦੀ ਪਾਵਰ ਦੱਸੀ। ਸਰਬਨਿਧਾਨ ਜਾ ਕੇ ਪੁਰਬ ਲਿਖੇ ਕਾ ਸਭ ਕੁਛ, ਇਹ ਗੁਰੂ ਪ੍ਰਤੀ ਬੋਲਿਆ ਜੇ। ਕਿੱਧਰ ਭੱਜ ਗਏ ਅੰਮ੍ਰਿਤਸਰ ਆਣ ਕੇ, ਐਡੀ ਦੂਰੋਂ ਅੰਮ੍ਰਿਤਸਰੋਂ ਕਥਾ ਸੁਣਨਾ, ਇਹ ਤਾਂ ਭੱਜ ਵੀ ਗਏ ਨਾ। ਫਿਰ ਟਿਕਣਾ ਬੜਾ ਔਖਾ ਹੈ, ਮੇਰਾ ਗੁਰੂ ਕਿਸੇ ਨੂੰ ਟਿਕਾਵੇ, ਇੱਕ ਤੇ ਇੱਕ ਮਿੰਟ ਹੀ ਬੜਾ, ਇੱਕ ਸੈਂਟ ਹੀ ਬੜਾ, ਇੱਕ ਛੇਨੀ ਬੜਾ, ਕੋਈ ਟਿਕੇ ਕਿਸੇ ਦੀ ਸੁਰਤ ਟਿਕ ਜਾਏ। ਠਾ 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 ਤੀਰ ਵੱਜਣ ਡਏ ਸੀ, ਕੀ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਇੱਕ ਤੇਰਾ ਜਰਨੈਲ ਜਰਾ ਕੇ ਮੇਰੇ ਸਾਹਮਣੇ ਆਇਆ, ਇੱਕ ਪੁਰਪੜੀ 'ਚ ਤੀਰ ਮਾਰਿਆ, ਦੂਸਰਾ ਆਇਆ ਉਹਦੀ 'ਚ ਮਾਰਿਆ, ਤੀਸਰਾ ਲੁਕ ਗਿਆ, ਬਚ ਗਿਆ, ਬਚਿਆ ਨਹੀਂ ਮਰ ਗਿਆ। ਜਿਹੜੇ ਉਹਦੀ ਤੀਰ ਨਾਲ ਮਰ ਗਏ ਉਹ ਜਿਉਂਦੇ ਹੋ ਗਏ। ਇੱਥੇ ਵੀ ਜਿਹੜੇ ਗੁਰਬਾਣੀ ਦੇ ਹੁਣ ਨੇ, ਜਿਹੜਾ ਸਾਹਮਣੇ ਹੋਇਆ ਉਹਨੂੰ ਵੱਜਣਾ। ਪੁਰਬ ਲਿਖੇਗਾ ਆ ਪਾਵਰ ਮੇਰੇ ਗੁਰੂ ਦੀ, ਸਭ ਕੁਛ ਤਿਸਕਾ, ਕਿਹਦਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਵਰਦੋ ਆਲਮ ਸ਼ਾਹ, ਹੱਕ ਹੱਕ ਆਗਾ, ਏਜ ਦੀ ਮਨਜ਼ੂਰ। ਅਖਰ ਫੋਟੋ ਲਿਆ ਕੇ ਨਾਸਰੋ ਮਨਸੂਰ, ਮੁਕਬਲੋ ਮਕਬੂਲ, ਮੁਕਬਲੋ ਮਕਬੂਲ। ਇਹਦਾ ਅਰਥ ਆ
ਅੱਜ ਤੱਕ ਬੜੇ ਪੈਗੰਬਰ ਧਰਤੀ 'ਤੇ ਆਏ, ਦੇਵਤੇ ਆਏ, ਗੁਰੂ ਆਏ, ਪੀਰ ਆਏ, ਮਗਰ ਜਿਹੜਾ ਸਾਰਿਆਂ 'ਚ ਮਕਬੂਲ ਹੋਇਆ ਹੈ ਨਾ, ਮਕਬੂਲ ਮੈਨੂੰ ਹੁੰਦਾ ਪਿਆਰਾ, ਮਕਬੂਲ ਮੈਨੇ ਜਿਹੜਾ ਸਾਰੀ ਕਾਇਨਾਤ ਵਿੱਚੋਂ ਜਿੰਨੇ ਧਰਤੀ 'ਤੇ ਅੱਜ ਤੱਕ ਪੀਰ ਪੈਗੰਬਰ ਗੁਰੂ ਆਏ, ਸਾਰਿਆਂ 'ਚੋਂ ਰੱਬ ਦਾ ਪਿਆਰਾ ਜਿਹੜਾ ਹੈ ਉਹਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਮਕਬੂਲੋ ਮਕਬੂਲ ਗੁਰੂ ਗੋਬਿੰਦ ਸਿੰਘ, ਸਭ ਕੁਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਜਪ ਜਨ ਉਹਨੂੰ ਜਪਿਆ ਕਰ। ਵਾਹਿਗੁਰੂ 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 ਵਾਹਿਗੁਰੂ, ਆਂਕੜੇ ਮਾਰ ਕੇ ਪੁੱਤ, ਆਂਕੜੇ ਮਾਰ ਕੇ ਉਹਨੀ ਤਰ੍ਹਾਂ ਇਹੋ ਘੜੀਆਂ ਨੇ ਦੋ ਲੱਗੀਆਂ ਤੇ। ਵਾਹਿਗੁਰੂ 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 ਸਤਨਾਮ ਸ੍ਰੀ। ਇੱਕ ਮਿੰਟ ਦਿਓ, ਜਦੋਂ ਤੁਸੀਂ ਅੰਬ ਦਾ ਬੂਟਾ ਲਾਉਂਦੇ ਹੋ, ਅੰਬ ਦਾ ਬੂਟਾ, ਤਾਂ ਕਦੀ ਸੋਚਿਆ ਇਹਨੂੰ ਕਦੀ ਬੜੇ ਮਿੱਠੇ ਅੰਬ ਲੱਗਣਗੇ? ਕਦੀ ਸੋਚਿਆ? ਉਦੋਂ ਤਾਂ ਹਾਲੀ ਕੇਵਲ ਬੂਟੇ 'ਚ ਧਿਆਨ ਹੈ, ਹਾਲੀ ਤੁਹਾਡਾ ਵਾਹਿਗੁਰੂ ਕਹਿਣ 'ਚ ਧਿਆਨ ਹੈ, ਤੁਹਾਨੂੰ ਇਹ ਗਿਆਨ ਨਹੀਂ ਇਹਦੇ 'ਚ ਕਿੰਨਾ ਰਸ ਵਗਣਾ ਹੈ ਵਾਹਿਗੁਰੂ 'ਚੋਂ। ਨਹੀਂ ਹਾਲੀ ਨਹੀਂ, ਬੂਟਾ ਲਾਇਆ ਅੰਬ ਦਾ, ਅਤੇ ਕੋਈ ਫੋਟੋ ਥੋੜ੍ਹੀ ਬਣੀ ਆ ਵੀ ਅੰਬ ਦਾ ਐਡਾ ਪੇੜ ਬਣ ਜੂਗਾ, ਇਹਨੂੰ ਐਡੇ ਐਡੇ ਅੰਬ ਲੱਗਣਗੇ, ਜਦੋਂ ਮੂੰਹ ਨੂੰ ਲਾਵਾਂਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਰਸ ਵਗੂਗਾ, ਅਜੇ ਥੋੜ੍ਹਾ ਪਤਾ ਹੈ। ਭਰੋਸੇ ਨਾਲ ਕਹੋ, ਇਹ ਉਹ ਬੂਟਾ ਜਿਹੜਾ ਖਰਾਬ ਨਹੀਂ ਹੁੰਦਾ। ਵਾਹਿਗੁਰੂ ਸ਼ਬਦ ਜਿਹੜਾ ਸ਼ਬਦ ਹੈ ਨਾ, ਇਹ ਉਹ ਪਲਾਂਟ ਆ ਜਿਹੜਾ ਕਦੀ ਜਿਹਨੂੰ ਮੱਛਰ ਨਹੀਂ ਲੱਗਦਾ, ਜਿਹਨੂੰ ਭੂੰਡੀ ਨਹੀਂ ਲੱਗਦੀ, ਜਿਹਨੂੰ ਬਿਮਾਰੀ ਨਹੀਂ ਲੱਗਦੀ, ਸਗੋਂ ਇਹ ਬਿਮਾਰੀਆਂ ਹਟਾਉਂਦਾ ਹੈ। ਤੁਸੀਂ ਡਰੋ ਨਾ ਵੀ ਜੇ ਐਵੇਂ ਪਲਾਂਟ ਲਾਤਾ, ਬੂਟਾ ਲਾਤਾ, ਸਮਝੀ ਪਲਾਂਟ ਬੂਟਾ ਲਾਤਾ ਅਤੇ ਇਹਨੂੰ ਕੋਈ ਬਿਮਾਰੀ ਪੈ ਜੂ, ਆਹ ਹੁਣ ਭਿੰਡੀਆਂ ਤੁਸੀਂ ਬੀਜੀਆਂ ਉਹਨੂੰ ਭੁੰਡੀ ਪੈ ਜਾਂਦੀ, ਸੁੰਡੀ ਪੈ ਜਾਂਦੀ, ਮਗਰ ਇਸ ਬੂਟੇ ਨੂੰ ਨਹੀਂ ਕੋਈ ਸੁੰਡੀ ਪੈਂਦੀ। ਲਾਓ ਸਹੀ, ਕਹੋ ਸਹੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਬੋਲੋ ਕਰ ਕਿਰਪਾ ਜਿਸ ਕੋ ਨਾਮ ਦੀਆ। ਉਸ ਮੇਰੇ ਗੁਰੂ ਨੇ ਜਿਹੜਾ ਮ੍ਰਿਤਕੋ ਜਿਹਦੇ 'ਤੇ ਕਿਰਪਾ ਕਰਕੇ ਜਿਹਦੀ ਝੋਲੀ 'ਚ ਉਹਨੇ ਨਾਮ ਦਾ ਧਨ ਪਾ ਦਿੱਤਾ। ਨਾਨਕ ਸੋ ਜਨ ਨਿਰਮਲ ਥੀ, ਨਾਨਕ ਸੋ ਜਨ ਪਾ ਕੇ ਪੰਜ ਪਿਆਰਿਆਂ ਦੇ ਰੂਪ 'ਚ ਇੱਥੇ ਕਿੰਨਿਆਂ ਨੂੰ ਮਿਲਿਆ ਜੀ ਅੰਮ੍ਰਿਤ ਪ੍ਰਸਾਦ? ਕਿਆ ਬਾਤ ਆ, ਕਿਆ ਬੋਲੇ ਸੋ ਨਿਹਾਲ। ਵਿਸਾਖੀ ਮਨਾਈ, ਇਹਨੂੰ ਕਹਿੰਦੇ ਵਿਸਾਖੀ, ਵਿਸਾਖ ਭਲਾ, ਬੋਲੋ ਵਿਸਾਖ ਭਲਾ, ਫਿਰ ਬੋਲੋ ਵਿਸਾਖ ਭਲਾ। ਸ਼ਾਖਾ ਵੇਸ ਕਰੇ, ਸ਼ਾਖਾ ਵੇਸ ਕਰੇ, ਵਿਸਾਖ ਦਾ ਮਹੀਨਾ ਕਿਉਂ ਭਲਾ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਿਹੜੀਆਂ ਸ਼ਾਖਾਵਾਂ ਨੇ ਨਾ ਬੂਟਿਆਂ ਦੀਆਂ, ਵੇਖਿਆ ਜੇ ਕਿ ਵੈਸੇ ਸਿਰ ਲੈਂਦੇ ਲਿੰਕ ਰੋਡ ਵਾਲੇ, ਤੁਸੀਂ ਤਾਂ ਰਹਿੰਦੇ ਉੱਥੇ ਜਿੱਥੇ ਬੂਟੇ ਹੀ ਨਹੀਂ, ਕਿਤੇ ਬੂਟਿਆਂ ਕੋਲ ਬਹਿ ਕੇ ਵੇਖੋ, ਟਾਲੀ ਦੇ ਨਿਕਲੇ ਨਿਕਲੇ ਨਵੇਂ ਨਵੇਂ ਕਰੂੰਬਲੀਆਂ ਨੂੰ ਵੇਖੋ, ਟਾਲੀ ਦੀਆਂ ਵੇਖੀਆਂ, ਆਖੋ ਵਾਹਿਗੁਰੂ। ਪਿੱਪਲ ਦੇ ਨਵੇਂ ਹੁਣ ਲਾਲ ਸੁੱਖ ਪੱਤੇ ਨਿਕਲੇ ਵੇਖੋ, ਪੁਰਾਣੇ ਝੜ ਗਏ ਨੇ ਪੀਲੇ ਪੈ ਕੇ,
ਪੁਰਾਣੇ ਝੜ ਗਏ ਨੇ ਜਿਹੜੇ ਨਾਲ ਨਿਕਲੇ ਨੇ ਸ਼ਾਖਾ ਵੇਸ ਕਰੇ ਸ਼ਾਖਾਵਾਂ ਨੇ ਨਵੇਂ ਵੇਸ ਕੀਤੇ ਸੀ ਮੇਰੇ ਕਲਗੀਧਰ ਪਾਤਸ਼ਾਹ ਨੇ ਆਖਿਆ ਮਨੁੱਖਤਾ ਸਾਰੀ ਬੁੱਢੀ ਹੋ ਗਈ ਕੀ ਹੋ ਗਈ ਸੋਚ ਬੁੱਢੀ ਬਦਲਣੀ ਸਰੀਰ ਨਹੀਂ ਮਨੁੱਖਤਾ ਦੀ ਸੋਚ ਸਾਰੀ ਬੁੱਢੀ ਹੋ ਇਹਨਾਂ ਨੂੰ ਨਵੀਂ ਕਰਦੀ ਹੈ ਤਾਂ ਵਿਸਾਖੀ ਦਾ ਦਿਨ ਗਿਣਿਆ ਹੈ ਨਾਨਕ ਬੋਲੋ ਵਿਸਾਖੀ ਪ੍ਰਭ ਪਾਵੇ ਭਾਵੇ ਨੀ ਪਾਵੇ ਸ਼ਬਦ ਸੁਰਤ ਸ਼ਬਦ ਸੁਰਤ ਇਹ ਦੋਵਾਂ ਦਾ ਮਿਲਾਪ ਹੁੰਦਾ ਹੈ ਸ਼ਬਦ ਦਾ ਕਾਹਦੇ ਚ ਵਿਸਾਖ ਨਵੀਆਂ ਨਵੀਆਂ ਕਰੁੰਬਲੀਆਂ ਨੇ ਕਿ ਸ਼ਬਦ ਸੁਰਤ ਮਨ ਮਾਨਾ ਬੋਲੋ ਸ਼ਬਦ ਸੁਰਤ ਵੀ ਜੇ ਇਹ ਜੁੜੇ ਸੀ ਬੂਟੇ ਤੇ ਇਹਨਾਂ ਵਿੱਚ ਨਵਾਂ ਕੁਝ ਨਿਕਲਿਆ ਜੇ ਮੈਂ ਜੁੜ ਜਾਊਂ ਗੁਰੂ ਨਾਲ ਤੇ ਮੇਰੇ ਵਿੱਚੋਂ ਵੀ ਉੱਚੀ ਬੋਲਿਆ ਕਰੋ ਸੁਸਤ ਪੈ ਗਿਆ ਮੇਰੇ ਵਿੱਚੋਂ ਵੀ ਕੁਝ ਨਵਾਂ ਸੱਚੀ ਮੁੱਚੀ ਮੈਂ ਨਿਕਲਦੇ ਵੇਖੇ ਕਰ ਕਿਰਪਾ ਜਿਸ ਕੋ ਨਾਮ ਦੀਆ ਬੰਗਾਲ ਦੀ ਰਹਿਣ ਵਾਲੀ ਜਾਦੂਗਰਨੀ ਕਹਿੰਦੀ ਅੱਖ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਤੇ ਆਵਾਂਗੇ ਬੰਗਾਲ ਦੀ ਰਹਿਣ ਵਾਲੀ ਜਾਦੂਗਰੀ ਨੂਰਾ ਨਾਮ ਹੈ ਉਹਦਾ ਬੋਲੋ ਇੱਕੋ ਕੀ ਨਾ ਨੂਰਾ ਤੇ ਭਾਈ ਮਰਦਾਨੇ ਨੂੰ ਇਤਰਾ ਸਾਖੀ ਸੁਣਾਉਂਦੇ ਆ ਵੀ ਉਹਨੇ ਆਪਣੇ ਮੰਤਰ ਦੇ ਨਾਲ ਭੇਡੂ ਬਣਾ ਦਿੱਤਾ ਭੇਡੂ ਬਣਾ ਕੇ ਬੰਨ ਲਿਆ ਸਰਕਾਰ ਆਈ ਤੇ ਸਰਕਾਰ ਨੇ ਭੇਡੂ ਤੋਂ ਫਿਰ ਭਾਈ ਸਾਹਿਬ ਬਣਾ ਲਿਆ ਆਣ ਕੇ ਪੁੱਛਦੀ ਆ ਸੁਣਿਓ ਕਰ ਕਿਰਪਾ ਜਿਸ ਕੋ ਨਾਨਕ ਸੋ ਜਨ ਨਿਰਮਲ ਨਾਮ ਨਾਮ ਦੀ ਵਿਆਖਿਆ ਹੋਣ ਲੱਗੀ ਮੰਤਰ ਉਹ ਵੀ ਪੜ੍ਹਦੀ ਸੀ ਮੰਤਰ ਮੇਰੇ ਬਾਬੇ ਵੀ ਪੜ੍ਹਿਆ ਆਹ ਸੁਣਨ ਵਾਲੇ ਬੱਚੇ ਨੇ ਧਿਆਨ ਨਾ ਪੁੱਤ ਮੰਤਰ ਪੜ੍ਹਿਆ ਬਾਬੇ ਨੇ ਉਹਨੂੰ ਬੰਦਾ ਬਣਾ ਲਿਆ ਕਹਿੰਦੀ ਤੇਰੇ ਮੇਰੇ ਮੰਤਰ ਵਿੱਚ ਫਰਕ ਕੀ ਆ ਅੱਛਾ ਪਤਾ ਲੱਗ ਰਿਹਾ ਨਾਲੋਂ ਨਾਲ ਮੈਨੂੰ ਹੱਥ ਖੜਾ ਕਰਦੇ ਹੋ ਨਾ ਕੋ ਪਤਾ ਲੱਗੇ ਤੇਰੇ ਤੇ ਮੇਰੇ ਉਹਨੂੰ ਨਹੀਂ ਪਤਾ ਵੀ ਇਹ ਜਗਤ ਦਾ ਗੁਰੂ ਤੇਰਾ ਮੇਰਾ ਬੋਲ ਰਹੀ ਤੇਰੇ ਮੇਰੇ ਮੰਤਰ ਵਿੱਚ ਫਰਕ ਕੀ ਹੈ ਤੇ ਮੇਰਾ ਬਾਬਾ ਕਹਿੰਦਾ ਤੇਰੇ ਮੇਰੇ ਮੰਤਰ ਵਿੱਚ ਇਹ ਫਰਕ ਹੈ ਤੇਰਾ ਮੰਤਰ ਭੇਡੂ ਬਣਾ ਸਕਦਾ ਕੁੱਤੇ ਬਣਾ ਸਕਦਾ ਹੈ ਮੇਰਾ ਮੰਤਰ ਰੱਬ ਦਾ ਰੂਪ ਬਣਾ ਸਕਦਾ ਹੈ ਬੰਦੇ ਨੂੰ ਅੱਖ ਵਾਹਿਗੁਰੂ ਤੇਰੇ ਮੰਤਰ ਦੇ ਵਿੱਚ ਇੰਨਾ ਕੀ ਕਹਾਣੀ ਹੈ ਕਿਸੇ ਨੂੰ ਪਾਗਲ ਬਣਾ ਤਾ ਕਿਸੇ ਦਾ ਘਰ ਲੁੱਟ ਲਿਆ ਇੱਥੇ ਕਰਦੇ ਨੀ ਹੁਣ ਸੁਣਿਆ ਤੇ ਅੱਖ ਵਾਹਿਗੁਰੂ ਆਹ ਮੰਤਰਾਂ ਜੰਤਰਾਂ ਵਾਲੇ ਲੋਕਾਂ ਦੇ ਘਰ ਬਰਬਾਦ ਕਰ ਦਿੰਦੇ ਕਿਸੇ ਦੀ ਨੂੰ ਬਰਬਾਦ ਕਰਤਾ ਕਿਸੇ ਦੇ ਪੁੱਤ ਨੂੰ ਬਰਬਾਦ ਕਰਤਾ ਤੇਰੇ ਮੰਤਰ ਤੇ ਮੇਰੇ ਮੰਤਰ ਵਿੱਚ ਤੇਰਾ ਘਰ ਮੰਤਰ ਬਰਬਾਦ ਕਰਦਾ ਹੈ ਮੇਰਾ ਘਰ ਜਿਹੜਾ ਮੇਰਾ ਮੰਤਰ ਇਹ ਲੋਕਾਂ ਦੇ ਘਰ ਆਬਾਦ ਕਰਦਾ ਇੰਨਾ ਫਰਕ ਹੈ ਜਿਹਦੇ ਜਿਹਦੇ ਘਰ 'ਚ ਮੇਰਾ ਮੰਤਰ ਚੱਲਿਆ ਅੱਖ ਵਾਹਿਗੁਰੂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚਵਾਰੇ ਉਹ ਘਰ ਸਦਾ ਉਹ ਕੋਠੀਆਂ ਦੇ ਵਿੱਚੋਂ ਖੁਸ਼ਬੂਆਂ ਆਉਂਦੀਆਂ ਸਵੇਰੇ ਅੰਮ੍ਰਿਤ ਵੇਲੇ ਵਾਹਿਗੁਰੂ 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 ਵਾਹਿਗੁਰੂ
ਤੇਰੇ ਮੰਤਰ ਚ ਇੰਨੀ ਪਾਵਰ ਆ ਵੀ ਤੇਰਾ ਮੰਤਰ ਜਿਹਦੇ ਜਿਹਦੇ ਤੇ ਚੱਲਿਆ ਉਹਨੂੰ ਬਿਮਾਰ ਕੀਤਾ, ਰਾਜੀ ਨਹੀਂ ਕੀਤਾ। ਪਕੜ ਰਹੇ ਹੋ ਜੀ? ਕੀ ਭਲਾ ਜਿਹਦੇ ਤੇ ਜਾਦੂ ਮੰਤਰ ਚੱਲਦੇ ਨੇ, ਕਦੀ ਖਬਰ ਆਈ ਵੀ ਉਹ ਬੰਦਾ ਰਾਜੀ ਹੋ ਗਿਆ ਬਿਮਾਰ ਸੀ? ਇੱਧਰ ਜਿਹਦੇ ਤੇ ਮੇਰਾ ਮੰਤਰ ਚੱਲਿਆ, ਜਨਮ ਜਨਮ ਕੇ ਦੁੱਖ ਨਿਵਾਰੇ, ਜਨਮ ਜਨਮ ਕੇ ਦੁੱਖ ਨਿਵਾਰੇ, ਜਨਮ ਵਿੱਚ ਕਰਤਾ ਪੁਰਖ ਖਲੋਆ, ਵਿੱਚ ਕਰਤਾ ਪੁਰਖ ਖਲੋਆ, ਵਿੱਚ ਜਿਹਦੀ ਜ਼ਿੰਦਗੀ ਚ ਮੰਤਰ ਆ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਵਾਲ ਨਾ ਵਿੰਗਾ ਹੋਆ, ਵਾਲ ਨਾ ਵਿੰਗਾ ਹੋਆ, ਵਾਲ ਨਾ ਪਤਾ ਲੱਗੇ ਨੂਰਾ ਤੇਰੇ ਮੰਤਰ ਤੇ ਮੇਰੇ ਮੰਤਰ ਚ ਕਰ ਕਿਰਪਾ ਜਿਸ ਕੋ। ਇੱਥੇ ਪੁੱਛਿਆ ਔਰੰਗਜ਼ੇਬ ਨੇ ਇਹਨਾਂ ਨੂੰ ਕੀ ਪਿਆਰ ਤਾਈ, ਆਖੋ ਵਾਹਿਗੁਰੂ ਇਹਨਾਂ ਨੂੰ ਕੀ ਪਿਆਰ ਤਾਈ? ਕਹਿੰਦੇ ਤੇਰੇ ਕੋਲ ਉਹ ਚੀਜ਼ ਆ ਈਰਖਾ ਦੀਆਂ ਗੱਲਾਂ ਜਿਹੜੀਆਂ ਲੋਕਾਂ ਨੂੰ ਸਾੜਦੀਆਂ। ਇੱਥੇ ਵੀ ਕਿਹਾ ਤੁਹਾਡੇ ਮੰਤਰ ਦੁਨੀਆ ਦੇ ਮੰਤਰ ਵਿੱਚ ਤੇ ਮੇਰੇ ਮੰਤਰ 'ਚ ਇੰਨਾ ਫਰਕ ਆ, ਤੁਸੀਂ ਮੰਤਰ ਪੜ੍ਹ ਕੇ ਕਿਸੇ ਨੂੰ ਕੁੱਤਾ ਕਿਸੇ ਨੂੰ ਭੇਡੂ ਬਣਾ ਸਕਦੇ ਹੋ, ਮੈਂ ਗਿੱਦੜਾਂ ਤੋਂ ਉੱਚੀ ਬੋਲੋ, ਮੇਰੇ ਮੰਤਰ 'ਚ ਬਰਕਤਾਂ ਨੇ ਜਿਹੜੇ ਕਦੀ ਗਿੱਦੜਾਂ ਵਾਂਗੂ ਨੱਚਦੇ ਨਹੀਂ ਅੱਗੇ, ਅਹਿਮਦ ਸ਼ਾਹ ਅਬਦਾਲੀ ਦੇ ਗਿੱਦੜਾਂ ਵਾਂਗੂ ਅਤੇ ਧਾੜਵੀਆਂ ਦੇ ਅੱਗੇ ਭੱਜ ਜਾਂਦੇ ਸੀ, ਜੇ ਕੋਈ ਸ਼ੇਰ ਆਉਂਦਾ ਤਾਂ ਗਿੱਦੜ ਅੱਗੇ ਭੱਜਦੇ। ਮੈਂ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਵਾਰ ਘੁਆਇਆ ਵਾਹਿਗੁਰੂ, ਕੀ ਉੱਥੇ ਜਾ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਮਾਲ ਦੀ ਗੱਲ ਆ। ਪੱਗੇ ਘੋੜੇ ਤੇ ਖਲੋਤੇ ਜੱਸਾ ਸੋਹਣੇ ਰਾਮਗੜੀਏ ਨੇ ਅਬਦਾਲੀ ਵੱਲ ਵੇਖਿਆ, ਅਬਦਾਲੀ ਵੱਲ ਵੇਖਿਆ, ਪੱਗੇ ਘੋੜੇ ਤੇ ਲਗਾਮਾਂ ਖਿੱਚੀਆਂ, ਘੋੜੇ ਦਾ ਮੂੰਹ ਪਿੱਛੇ ਨੂੰ ਹੋਇਆ, ਇਹਦਾ ਬੱਬਰ ਸ਼ੇਰ ਵਰਗਾ ਮੂੰਹ ਅਬਦਾਲੀ ਨੇ ਵੇਖਿਆ ਤੇ ਹਾਰਟ ਅਟੈਕ ਹੋ ਕੇ ਰਾਤ ਮਰ ਗਿਆ। ਮੈਂ ਆਹ ਸਪਿਰਿਟ ਭਰਦਾ ਆਪਣੇ ਮੰਤਰ ਨਾਲ ਲੋਕਾਂ ਵਿੱਚ, ਕਰ ਕਿਰਪਾ ਜਿਸ ਕੋ। ਮੇਜਰ ਸਿੰਘ ਬੋਲੋ, ਕਿਰਪਾ ਕਰਕੇ ਦਿੰਦਾ ਹੈ ਨਾਮ ਦਾ ਧਨ, ਹਰ ਆਪ ਅਮੁੱਲਕ ਹੈ। ਜੇ ਕਿਤੇ ਇਹ ਮੰਤਰ ਮੁੱਲ ਮਿਲਦਾ ਹੁੰਦਾ ਨਾ ਅੱਖ ਵਾਹਿਗੁਰੂ ਤੇ ਸਾਰੀ ਦੁਨੀਆਂ ਲੈ ਲੈਂਦੀ। ਮੈਂ ਤੇ ਕਈ ਵਾਰ ਇਸ ਤਰ੍ਹਾਂ ਦੀ ਵੀ ਵਿਚਾਰ ਕਰਦਾ, ਜਿਹੜਾ ਬੰਦਾ ਪੰਜ ਕਕਾਰ ਵੀ ਪਾ ਕੇ ਲੈ ਗਿਆ, ਅੰਮ੍ਰਿਤ ਵੀ ਛੱਕ ਕੇ ਚਲੇ ਗਿਆ, ਹੋ ਸਕਦਾ ਉਹਦੀ ਝੋਲੀ 'ਚ ਨਾਮ ਨਾ ਪਿਆ ਹੋਵੇ। ਜਿਹਦੇ ਅੰਦਰ ਨਹੀਂ ਚੱਲਿਆ ਘਰ ਜਾ ਕੇ ਅੱਖ ਵਾਹਿਗੁਰੂ, ਜਦੋਂ ਨਾਮ ਧੰਨ ਦੇਣ ਦੀ ਵਾਰੀ ਆਈ, ਹੋ ਸਕਦਾ ਉਸ ਵੇਲੇ ਭਾਂਡਾ ਸਾਹਮਣੇ ਨਾ ਹੋਵੇ। ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਮੇਰੇ ਮੰਤਰ ਦੇ ਵਿੱਚੋਂ ਜੋ ਨਿਕਲੇ ਨੇ ਉਹ ਵੀ ਵੇਖ ਲਾ, ਤੇਰੇ ਮੰਤਰ ਦੇ ਵਿੱਚੋਂ ਤੇਰਾ ਸਭ ਤੋਂ ਵੱਡਾ ਜਰਨੈਲ ਖਵਾਜਾ ਮਰਦੂਦ ਤੀਰ ਵੇਖਿਆ ਮੇਰਾ ਅੱਖ ਵਾਹਿਗੁਰੂ, ਤੇ ਕੰਧ ਦੇ ਓਲੇ ਲੋਕੇ ਕਹਿੰਦਾ ਯਾ ਖੁਦਾ ਬਚਾਲਾ। ਇਸ ਮੇਰੇ ਵਾਲੇ ਮੰਤਰ ਜਿਹੜਾ ਮੈਂ ਬਾਟੇ ਵਿੱਚੋਂ ਪਿਆ ਕੇ ਦਿੱਤਾ, ਅੰਮ੍ਰਿਤ ਦਾ ਮੰਤਰ,
ਇਹਨੂੰ ਕਿਸੇ ਨੇ ਕਿਹਾ ਕੇਸ ਕਟਾ ਦੇ, ਕਹਿੰਦਾ ਖੋਪਰੀ ਤੇ ਲੱਥ ਸਕਦੀ, ਇਹ ਮੇਰੇ ਮੰਤਰ ਦੀ ਕਰਾਮਾਤ ਆ, ਉਹ ਤੇਰੇ ਮੰਤਰ ਦੀ ਕਰਾਮਾਤ ਆ, ਤੇਰੀਆਂ ਦਿੱਤੀਆਂ ਤਨਖਾਹਾਂ ਦੀ ਕਰਾਮਾਤ ਆ। ਵੀ ਤੀਰ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰਾ, ਤੇ ਤੇਰਾ ਸਭ ਤੋਂ ਵੱਡਾ ਜਰਨੈਲ ਖਵਾਜਾ ਮਰਦੂਦ ਕੰਧੋਲੇ ਲੁਕ ਗਿਆ ਜਿੰਦਾ। ਆਖੋ ਵਾਹਿਗੁਰੂ। ਮੇਰਾ ਲੜਦਾ ਲੜਦਾ ਗਿਆ, ਮੇਰਾ ਪੁੱਤ ਲੜਦਾ ਲੜਦਾ ਗਿਆ, ਤੇਰੇ ਜਰਨੈਲ ਦੇ ਉੱਤੇ ਤੇਗਾ ਕੀਤਾ ਮੇਰੇ ਪੁੱਤ ਨੇ। ਧਿਆਨ ਨਾਲ ਸੁਣ ਰਹੇ ਹੋ ਨਾ, ਮੇਰੇ ਪੁੱਤ ਨੇ ਇੱਥੇ ਤੇਗਾ ਕੀਤਾ, ਤੇ ਤੇਗਾ ਵੇਖ ਕੇ ਕਹਿੰਦਾ ਯਾ ਖੁਦਾ, ਜੇ ਅੱਜ ਮੈਨੂੰ ਅਜੀਤ ਸਿੰਘ ਦੇ ਤੇਗੇ ਤੋਂ ਬਚਾ ਲੈ, ਤੇ ਮੈਂ ਅੱਜ ਤੋਂ ਇਹ ਮੇਰੇ ਸੀ ਸੂਰਮੇ ਜਿਨ੍ਹਾਂ ਨੂੰ ਆਹ ਮੰਤਰ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਖੁੱਲ ਕੇ ਜਿਉਂਦੇ ਰਹੋ, ਜਿਉਂਦੇ ਰਹੋ, ਜਲੰਧਰ ਵਾਲਿਓ ਜਿਉਂਦੇ ਰਹੋ, ਮੇਰੀਆਂ ਭੈਣਾਂ ਬੱਚੇ ਵੱਸਦੇ ਰਹੋ। ਕਿਸੇ ਨੇ ਨਹੀਂ ਵੇਖਿਆ, ਮੇਰੇ ਮੰਤਰ ਦੀ ਇਹ ਵੀ ਕਰਾਮਾਤ ਆ। ਪੁੱਤਰ ਵਿੱਚੋਂ ਵੀ ਪਿਓ, ਪਿਤਾ ਹਮਾਰੇ ਨਹੀਂ ਪ੍ਰਗਟੇ ਮਾਝ, ਮਾਝ ਮੈਨੇ ਵਿੱਚੋਂ ਵਿੱਚੋਂ ਮਾਝ। ਆਖੋ ਵਾਹਿਗੁਰੂ। ਲਿਖਿਆ ਕਿ ਨਹੀਂ, ਉਹ ਵੇਖਾ ਪਿਤਾ ਉਧਰ ਆ ਗਿਆ ਜੀ, ਪਿਤਾ ਸਾਡੇ ਵਿੱਚੋਂ ਪਿਓ ਨਿਕਲਿਆ। ਇਹ ਮੇਰੇ ਮੰਤਰ ਦੀ ਕਹਾਣੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਚੇਤਾ ਰੱਖਿਓ ਕੌਣ ਕਿਹੜਾ ਗੁਰੂ ਕਹਿੰਦਾ, ਨੂਰਾਂ ਤੋਂ ਤੁਰੇ ਉੱਥੇ ਮੰਤਰ ਦੀ ਕਰਾਮਾਤ ਦੀ ਗੱਲ ਚੱਲੀ। ਤੇਰਾ ਮੰਤਰ ਗੁਰੂ ਨਾਨਕ ਸਾਹਿਬ ਨੇ ਕਿਹਾ, ਤੇਰੇ ਮੰਤਰ ਨੇ ਤੇ ਭੇਡੂ ਬਣਾਇਆ, ਮੇਰੇ ਮੰਤਰ ਨੇ ਬੰਦਾ ਬਣਾਤਾ, ਦੱਸ ਫਿਰ। ਤੇਰੇ ਮੰਤਰ ਨੇ ਕਿਸੇ ਨੂੰ ਕੁੱਤਾ ਬਣਾਤਾ, ਮੈਂ ਸ਼ੇਰ ਬਣਾਤੇ, ਨਹੀਂ ਪਤਾ ਲੱਗਦਾ। ਖਿੰਡ ਗਏ, ਖਿੰਡ ਕੇ ਸੁਣ, ਖਿੰਡ ਕੇ। ਤੇਰੇ ਮੰਤਰ ਦੇ ਵਿੱਚ ਇੰਨੀ ਪਾਵਰ ਸੀ ਵੀ ਕਿਸੇ ਨੂੰ ਕੁੱਤਾ ਬਣਾ ਦੇਣਾ, ਭੇਡੂ ਬਣਾ ਦੇਣਾ। ਇੱਧਰ ਮੇਰੇ ਮੰਤਰ ਨਲਵੇ, ਮੈਂ ਹਰੀ ਸਿੰਘ ਨਲਵੇ ਵਰਗੇ ਸ਼ੇਰ ਪੈਦਾ, ਮੇਰੇ ਮੰਤਰ ਚੋਂ ਨਿਕਲੇ। ਅਕਾਲੀ ਮੰਤਰ ਦੇ ਵਿੱਚੋਂ ਨਿਕਲਿਆ ਹਰੀ ਸਿੰਘ ਨਲੂਗਾ, ਅਕਾਲੀ ਮੰਤਰ ਵਿੱਚੋਂ ਨਿਕਲਿਆ ਬਾਬਾ ਫੂਲਾ ਸਿੰਘ ਅਕਾਲੀ। ਆਖੋ ਵਾਹਿਗੁਰੂ। ਅਲੀ ਤੈਨੂੰ ਤੇ ਮੈਨੂੰ ਮੇਰੇ ਮੰਤਰ ਦਾ ਤੇ ਤੇਰੇ ਮੰਤਰ ਦਾ ਪਤਾ ਨਹੀਂ ਲੱਗ ਰਿਹਾ? ਆਹ ਸਭ ਤੋਂ ਵੱਡੀ ਮੈਂ ਕਰਾਮਾਤ ਕਰਕੇ ਵਿਖਾਈ ਦੁਨੀਆਂ ਨੂੰ,
ਪਿਓ ਵਿੱਚੋਂ ਪੁੱਤ ਪੈਦਾ ਹੁੰਦੇ ਤੇ ਵੇਖੇ ਲੋਕਾਂ ਨੇ, ਗੁਰੂ ਵਿੱਚੋਂ ਚੇਲੇ ਪੈਦਾ ਹੁੰਦੇ ਵੇਖੇ ਲੋਕਾਂ ਨੇ, ਚੇਲੇ ਵਿੱਚੋਂ ਗੁਰੂ ਪੈਦਾ ਨਹੀਂ ਹੁੰਦਾ ਵੇਖਿਆ। ਮੈਂ ਉਹ ਵੀ ਕਰਕੇ ਵਿਖਾਇਆ ਦੁਨੀਆ, ਵਿਖਾਇਆ ਕਿ ਨਹੀਂ ਬੋਲੋ, ਆਖੋ ਵਾਹਿਗੁਰੂ। ਇਹ ਮੇਰੇ ਮੰਤਰ ਦੀ ਕਹਾਣੀ ਹੈ, ਸਿੱਖੋ ਇਹਨੂੰ, ਜਪਿਆ ਕਰੋ। ਤੁਹਾਨੂੰ ਸਾਨੂੰ ਪਤਾ ਨਹੀਂ ਗਾ ਵਾਹਿਗੁਰੂ ਵਿੱਚ ਕੀ ਆ। ਇਹ ਬੱਬੇ ਨੂੰ ਕੰਨਾ, ਹਾਏ ਨੂੰ ਸਿਹਾਰੀ, ਗੱਗੇ ਨੂੰ ਔਂਕੜ, ਤੇ ਰਾਰੇ ਨੂੰ ਦਿਲੌਂਕੜ, ਜਿਹੜਾ ਸ਼ਬਦ ਆ ਨਾ, ਇਹ ਮੰਤਰ ਨਹੀਂ ਗਾ, ਇਹ ਮੰਤਰਾਂ ਦਾ ਮੰਤਰ ਆ। ਨਮੋ ਮੰਤਰ ਮੰਤਰਨੇ, ਨਮੋ ਜੰਤਰ ਜੰਤਰਨੇ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰਨੇ। ਤਿੰਨ ਆ, ਤਿੰਨ ਵਿਧੀਆਂ ਨੇ, ਜੰਤਰ ਮੰਤਰ ਤੇ ਤੰਤਰ। ਬੋਲੋ ਇੱਥੇ ਗਿਣੋ ਭਲਾ, ਜਿੰਨੇ ਦੁਨੀਆਂ ਦੇ ਜੰਤਰ ਨੇ, ਜਿੰਨੇ ਦੁਨੀਆਂ ਦੇ ਮੰਤਰ ਨੇ, ਜਿੰਨੇ ਦੁਨੀਆਂ ਦੇ ਤੰਤਰ ਨੇ, ਇਹ ਸ਼ਬਦ ਦੇ ਅੱਗੇ ਫੇਲ ਨੇ। ਕਿਸੇ ਦੇ ਘਰ ਚ ਜਾ ਕੇ ਕੋਈ ਕਿਸੇ ਦੀ ਇਤਨਾ ਨੌਂ ਨੂੰ ਕਰਨ ਲਈ ਉਹ ਇਤਨਾ ਜਾ ਕੇ ਕਹਿੰਦਾ ਵਾਹਿਗੁਰੂ, ਉਸੇ ਵੇਲੇ ਬੰਦ ਹੋ ਜੂ, ਉਸੇ ਵੇਲੇ ਬੰਦ ਹੋ ਜੂ। ਨਹੀਂ ਚੱਲਦੀ ਇਹਦੇ ਅੱਗੇ ਕਿਸੇ ਦੀ ਕੋਈ, ਜਿਸ ਅੱਗੇ ਕੋਈ ਨਾ ਠਹਿਰਿਓ, ਇਸ ਮੰਤਰ ਦੇ ਅੱਗੇ ਬੋਲੋ, ਜਿਸ ਅੱਗੇ ਕੰਪੇ ਸਿਰਦਾਰਾ। ਬੜੇ ਬੜੇ ਸਰਦਾਰ ਕੰਬਦੇ ਨੇ, ਤੰਤਰ ਮੰਤਰ ਜੰਤਰ ਕੰਬਦੇ ਨੇ, ਕਹਿੰਦੇ ਤੋਂ ਵਾਹਿਗੁਰੂ ਵਾਹਿਗੁਰੂ। ਜਿਉਂਦੇ ਰਹੋ, ਕਿਤੇ ਸ਼ੇਰ ਪੈਦਾ ਜਾਂ ਤੇ ਸ਼ੇਰ ਕੱਢ ਕੇ ਵਿਖਾ ਆਪਣੇ ਮੰਤਰ ਵਿੱਚੋਂ। ਤੇਰੇ ਮੰਤਰ ਜੇ ਨਹੀਂ ਪਾਵ ਰਿਹਾ, ਕਿਸੇ ਨੂੰ ਭੇਡੂ, ਕਿਸੇ ਨੂੰ ਕੁੱਤਾ ਬਣਾਤਾ, ਕਿਸੇ ਨੂੰ ਸੱਪ ਬਣਾਤਾ, ਇੱਧਰ ਵੇਖ ਗੁਰਬਾਣੀ ਦੇ ਮੰਤਰ ਵਿੱਚੋਂ ਕੀ ਨਿਕਲੇ। ਹਰੀ ਸਿੰਘ ਨਲਵੇ ਵਰਗੇ ਅੱਜ ਤੱਕ ਕਾਬਲ ਕੰਧਾਰ ਦੀਆਂ ਗਲੀਆਂ ਉਸ ਸ਼ੇਰ ਦੇ ਨਾਮ ਤੋਂ ਡਰਦੀਆਂ ਤੇ ਡਰਦੀਆਂ ਰਹਿਣਗੀਆਂ, ਕਿਉਂਕਿ ਉਹਦੀ ਕਾਟ ਕੋਈ ਨਹੀਂ ਆਉਣੀ। ਰਸ਼ੀਆ ਚੜ੍ਹ ਕੇ ਆਇਆ, ਅਮੈਰੀਕਾ ਚੜ੍ਹ ਕੇ ਆਇਆ, ਦੁਨੀਆ ਭਰ ਦੇ ਮੁਲਕ ਚੜ੍ਹ ਕੇ ਆਏ, ਮਗਰ ਉੱਥੇ ਕਿਸੇ ਨੇ ਇਹ ਕਾਟ ਨਹੀਂ ਕੀਤੀ। ਜਿਹਨੇ ਹਰੀ ਸਿੰਘ ਨਲਵੇ ਨਾਲੋਂ ਤਪ ਜ਼ਿਆਦਾ ਵਿਖਾਇਆ ਹੋਵੇ ਅਤੇ ਅਫਗਾਨੀਆਂ ਨੇ ਤਰਾਹ ਤਰਾਹ ਕੀਤੀ ਹੋਵੇ, ਅੱਜ ਹਰੀ ਸਿੰਘ ਨਲਵੇ ਦਾ ਨਾਮ ਲੈ ਲਓ, ਅੱਜ ਤੱਕ ਕਾਬਲ ਕੰਧਾਰ ਦੀਆਂ ਗਲੀਆਂ ਦੇ ਵਿੱਚ ਤਰਾਹ ਤਰਾਹ ਹੋ ਜਾਂਦੀ ਹਰੀ ਸਿੰਘ ਨਲਵੇ ਦੇ ਨਾਂ ਤੋਂ। ਮੈਂ ਐਸੇ ਸ਼ੇਰ ਪੈਦਾ ਕੀਤੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਅੱਖਾਂ ਨਿਉਂਦੀਆਂ, ਬੰਦਾ ਮਰਦਾ ਹੈ, ਅੱਖਾਂ ਕਿਸੇ ਦੇ ਅੱਗੇ ਨਿਉਂਜਣ ਨਾ, ਸਮਝ ਲਓ ਬੰਦਾ ਉੱਚੀ ਬੋਲੋ ਮਰ ਗਿਆ। ਤੇਰੀ ਅੱਖ ਕਿਉਂ ਨੀਵੀਂ ਹੋ ਗਈ ਵੀ, ਕੋਈ ਕਮਜ਼ੋਰੀ ਹੋ ਗਈ, ਸਿਰ ਨਿਉਂ ਜੇ, ਬੰਦਾ ਮਰ ਗਿਆ। ਜੀਭ ਦੇ ਵਿੱਚੋਂ ਰੱਬ ਦਾ ਨਾਮ ਜਪਦਾ ਜਪਦਾ ਕਿਸੇ ਬੰਦੇ ਦੀ ਅਧੀਨਗੀ ਕਰਨ ਲੱਗ ਪਏ ਤੇ ਬੰਦਾ ਮੇਰੇ ਗੁਰੂ ਨੇ ਤਿੰਨਾਂ ਜਗ੍ਹਾ ਤੇ ਆਪਣਾ ਕਬਜ਼ਾ ਕਰ ਲਿਆ।
ਰਸਨਾ ਤੇ ਵੀ ਪੰਜ ਚੁਲੇ ਪਾਏ, ਇਹ ਹੁਣ ਕੱਟੀ ਜਾ ਸਕਦੀ, ਨਹੀਂ ਤੇ ਫਿਰ ਸਰਹੰਦ ਦੀ ਦੀਵਾਰ ਨੂੰ ਪੁੱਛ ਲਓ, ਪੁੱਛ ਲਓ ਜਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇੱਥੇ ਸਲਾਮ ਬੋਲੀ ਦੀ ਕਹਿੰਦਾ ਨਾ ਅਮਰ ਹੋਈ ਰਸਨਾ, ਜੋ ਪਹਿਲੋਂ ਤੋਂ ਬੋਲਦੀ ਉਹੀ ਬੋਲੂਗੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਨੌਜਵਾਨ ਮਾਧੋ ਸਿੰਘ ਗਿਆ, ਉਹਨੂੰ ਕਹਿੰਦੇ ਤੇਰੀ ਮਾਂ ਕਹਿੰਦੀ ਤੂੰ ਸਿੱਖ ਨਹੀਂ, ਕਹਿੰਦਾ ਨਾ ਨਾ ਇਹ ਤੇ ਮਾਂ ਹੀ ਨਹੀਂ, ਮੇਰੀ ਮਾਂ ਤੇ ਮਾਤਾ ਸਾਹਿਬ ਕੌਰ ਆ ਜਿਹੜੀ ਕਹਿੰਦੀ ਤੂੰ ਸਿੱਖ ਆ। ਸਿਰ ਕਟਾਤਾ, ਲੱਕੜ ਦੀ ਫਾਈ ਦੇ ਵਿੱਚ ਰੱਖ ਕੇ ਸਿਰ ਇਤਨਾ ਤੇਗ ਮਾਰ ਕੇ ਲਾਹਤਾ, ਮਗਰ ਮਰਦੇ ਦਮ ਚ ਮੂੰਹ ਦੇ ਵਿੱਚੋਂ ਨਿਕਲਿਆ ਮੈਂ ਗੁਰੂ ਕਾ ਸਿੱਖ। ਸਿੱਖਾ ਆਪਣੇ ਇਤਿਹਾਸ ਉੱਤੇ ਫਖਰ ਕਰ, ਮਾਣ ਕਰ। ਕੱਲ੍ਹ ਤੋਂ ਤਿੰਨ ਦੀਵਾਨ ਬਾਕੀ ਦੂਖ ਨਿਵਾਰਨ ਸਾਹਿਬ ਲੁਧਿਆਣੇ 'ਚ ਨੇ, 8 to 9 ਟਾਈਮ ਆ ਲਾਈਵ ਚੱਲਦੀ ਹੈ, ਅੱਖ ਵਾਹਿਗੁਰੂ ਚੱਲਦੀ ਨਾ ਉੱਥੇ ਸੁਣਿਓ। ਜਾਪ ਸਾਹਿਬ ਦੇ ਤਿੰਨ ਦੀਵਾਨਾਂ ਵਿੱਚ ਜਿੰਨੇ ਕੁ ਮੇਰੇ ਕੋਲ ਸ਼ਬਦ ਹੋਏ ਦਿੱਲੀ ਦੇ ਵਿੱਚ, ਹਾਂਜੀ ਕੀ ਦੱਸੇ, ਨਹੀਂ ਇੱਥੇ ਨਹੀਂ ਜੀ ਲੁਧਿਆਣੇ, ਹਾਂਜੀ ਉਹ ਮੈਂ ਦਾਸ ਨੇ ਕਿਹਾ ਸੀ ਪਰ ਉਹ ਪ੍ਰੋਗਰਾਮ ਸਾਰੇ ਕੈਂਸਲ ਹੋ ਕੇ ਬਦਲ ਗਏ ਸੀ, ਮਾਫ਼ ਕਰ ਦਿਓ। ਬਾਹਰ ਜਾਣਾ ਹੈ ਉਹਦੇ ਜਾਣ ਤੋਂ ਪਹਿਲਾਂ ਮੈਂ ਭਜਨ ਤਾਂ ਨਹੀਂ ਕਰਦਾ ਪਰ ਮੇਰਾ ਵੀ ਦਿਲ ਕਰਦਾ ਤੁਸੀਂ ਬੈਠੋ। ਜਿੰਨਾ ਰਾਤੀ ਤੁਸੀਂ ਮੇਰਾ ਦੁੱਖ ਮਹਿਸੂਸ ਕੀਤਾ ਮੈਂ ਵੀ ਮਹਿਸੂਸ ਕੀਤਾ ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਜੇ ਗੁਰੂ ਨੇ ਦਇਆ ਕੀਤੀ ਤਾਂ 2-4 ਦਿਨ ਹੋਰ ਕੱਢੇ ਜਾ ਸਕਦੇ, ਸਤਿਗੁਰੂ ਦਇਆ ਕਰੇ ਤੁਸੀਂ ਅਸੀਸ ਦਿਓ, ਆਖੋ ਵਾਹਿਗੁਰੂ। ਉੱਥੇ ਜਾਪ ਸਾਹਿਬ ਦੀ ਕਥਾ ਦਿੱਲੀ ਤੋਂ ਚੱਲ ਰਹੀ ਮੇਰਠ ਪੂਰੀ ਹੋ ਕੇ ਆਈ, ਥੋੜ੍ਹੇ ਜਿਹੇ ਸਲੀਕਤ ਮਦਾਮੇ ਜਿੱਥੇ ਕਿ ਸ਼ਬਦ ਆ ਨਾ ਸਲੀਕਤ ਅਰਥ ਸਲੀਕਾ, ਇਸ ਬੰਦੇ ਨੂੰ ਬੋਲਣ ਦਾ ਬੜਾ ਸਲੀਕਾ ਹੈ। ਮੁਦਾਮੇ ਮੁੱਢ ਮੁਦਾਮ ਤੋਂ ਮੁੱਢ ਕਦੀਮ ਤੋਂ ਰੱਬ ਨੂੰ ਬੋਲਣ ਦਾ ਬੜਾ ਹੇ, ਚੰਗੇ ਸਲੀਕੇ ਨਾਲ ਬੋਲਣ ਵਾਲੇ ਵਾਹਿਗੁਰੂ ਤੇਰੇ ਚਰਨਾਂ 'ਚ ਮੇਰੀ ਨਮਸਕਾਰ ਆ। ਇੱਥੋਂ ਕੱਲ੍ਹ ਸ਼ਬਦ ਕਰਕੇ ਗੁਰੂ ਰਾਮਦਾਸ ਦਇਆ ਕਰੇ, ਇੱਥੇ ਤਾਂ ਨਹੀਂ ਕੀਤਾ ਵੀ ਕੈਮਰਾ ਨਹੀਂ ਆਇਆ ਤਾਂ ਕਰਕੇ ਰਿਕਾਰਡਿੰਗ ਨਹੀਂ, ਉੱਥੇ ਰਿਕਾਰਡਿੰਗ ਹੋਣੀ ਹੈ, ਘਰ ਬੈਠੇ ਸੁਣ ਸਕਦੇ ਹੋ, ਸੁਣਿਓ। ਅੰਮ੍ਰਿਤ ਜਿੰਨਿਆਂ ਨੇ ਛਕਿਆ ਮੈਂ ਫਿਰ ਵਧਾਈ ਦੇਣਾ, ਸਰਦਾਰ ਜਗਜੀਤ ਸਿੰਘ ਨੂੰ, ਕਮਲਜੀਤ ਸੋਹਣਾ ਨੂੰ, ਇਹਨਾਂ ਸਾਰਿਆਂ ਦੇ ਉਦਮ, ਮੈਨੂੰ ਵੀ ਇਹਨਾਂ ਕਿਹਾ ਸੀ ਉਦਮ ਕਰੀਏ, 2-4-5-10 ਜਿੰਨੇ ਆਉਣਗੇ, ਅਤੇ 48 ਹੋ ਗਏ ਅਤੇ ਬਹੁਤ ਵੱਡੀ ਕਰਾਮਾਤ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਇਆ ਕੀਤੀ, ਸਾਡਾ ਮਕਸਦ ਹੀ ਸਾਰਿਆਂ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ ਅਤੇ ਉਹ ਸਪਿਰਟ ਅੰਦਰ ਸਿੱਖ ਦੇ ਭਰਨੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੇ ਕੇ ਗਏ। ਹਰ ਇੱਕ ਦਾ ਭਲਾ ਮੰਗੋ, ਕਿਸੇ ਦਾ ਬੁਰਾ ਨਾ ਕਰਿਓ, ਅੰਦਰ ਤੱਕ ਇਹ ਗੱਲ ਵਸਾਓ ਵੀ ਮੇਰੇ ਪਿਓ ਦੀ ਗੁੜਤੀ 'ਚ ਤੇਰੇ ਪਾਣੇ, ਸਰਬੱਤ ਦੇ ਭਲੇ ਦਾ ਸ਼ਹਿਦ ਛੁਪਿਆ ਪਿਆ ਯਾਰ ਨਹੀਂ, ਮੇਰੇ ਪਿਓ ਦੀ ਇੱਕ ਗੁੜਤੀ ਨਹੀਂ ਹੁੰਦੀ ਗੁੜਤੀ, ਨਿਆਣਿਆਂ ਨੂੰ ਕੀ ਦਿੰਦੇ ਹੋ ਗੁੜਤੀ, ਅਤੇ ਉਹ ਗੁੜਤੀ ਮੈਨੂੰ ਦਿੱਤੀ ਗਈ ਤੇਰੇ ਪਾਣੇ, ਸਰਬੱਤ ਦਾ ਭਲਾ, ਤੇਰੀ ਸੁਰਤ ਵਿੱਚੋਂ ਕਦੀ ਕਿਸੇ ਦਾ ਬੁਰਾ ਨਾ ਨਿਕਲੇ, ਇਹ ਅੰਦਰ ਲਿਆਓ ਆਪਣੇ, ਸਰਬੱਤ ਦਾ ਭਲਾ ਮੰਗੋ। ਗੁਰੂ ਵੀ ਸਤਿਗੁਰ ਸਭਨਾ ਦਾ ਅਤੇ ਸਿੱਖ ਵੀ ਸਰਬੱਤ ਦਾ ਭਲਾ ਮੰਗੇ, ਤੁਹਾਡੇ ਘਰਾਂ ਵਿੱਚ ਸੁੱਖ ਆਵੇ, ਸ਼ਾਂਤੀ ਆਵੇ। ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣ, ਮੇਰੀਆਂ ਭੁੱਲਾਂ ਨਾ ਤਾਰਿਓ, ਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।